on 9780463030. ਅੱਜ ਦੇਸ਼ ਦੇ ਕਿਸੇ ਵੀ ਹਿੱਸੇ ਦੀ ਗੱਲ ਕਰ ਲਈਏ, ਇੱਕ ਸ਼ਬਦ ਨੂੰ ਲੈ ਕੇ ਡਰ ਹੈ ਜਿਹੜਾ ਕਿ ਹਰੇਕ ਵਿਅਕਤੀ ਦੇ ਅੰਦਰ ਵੇਖਣ ਨੂੰ ਮਿਲਦਾ ਹੈ। ਉਹ ਸ਼ਬਦ ਹੈ ਜੀ ਕਰੋਨਾ ਵਾਇਰਸ। ਆਖਿਰ ਕਰੋਨਾ ਵਾਇਰਸ ਹੈ ਕੀ, ਜਿਸ ਦੇ ਬਾਰੇ ਇੱਕ ਪ੍ਰੋਪਰ ਡਾਕਟਰ ਹੀ ਸਾਨੂੰ ਜਾਣਕਾਰੀ ਦੇ ਸਕਦਾ ਹੈ। ਸੋ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਇੱਕ ਚੰਗੇ ਡਾਕਟਰਾਂ ਦੀ ਟੀਮ ਅੱਜ ਮੈਂ ਤੁਹਾਨੂੰ ਇੰਟਰੋਡਿਊਸ ਕਰਵਾਉਣ ਜਾ ਰਹੀ ਹਾਂ। ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ ਦਰਸ਼ਕੋ ਜੀ, ਮੈਂ ਪ੍ਰਿਯੰਕਾ ਤੇ ਅੱਜ ਦਾ ਮੁੱਦਾ ਜੀ ਕਰੋਨਾ ਵਾਇਰਸ। ਇਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਇੱਕ ਚੰਗੇ ਡਾਕਟਰਾਂ ਦੀ ਟੀਮ ਹੈ ਜਿਹੜੀ ਕਿ ਮੇਰੇ ਨਾਲ ਸਟੂਡੀਓ ਦੇ ਵਿੱਚ ਹੈ, ਜਿਨ੍ਹਾਂ ਨਾਲ ਇੰਟਰੋਡਿਊਸ ਕਰਵਾਉਣ ਲੱਗੀ ਹਾਂ। ਸਭ ਤੋਂ ਪਹਿਲਾਂ ਜੀ ਡਾਕਟਰ ਸੁਰਿੰਦਰ ਗੁਪਤਾ, GAMS ਫਾਊਂਡਰ, ਆਈ ਕੈਨ ਗਾਈਡ, ਮੈਨੇਜਿੰਗ ਡਾਇਰੈਕਟਰ, ਡਾਇਬਟੀਜ਼ ਫਰੀਵਰ। ਸਵਾਗਤ ਕਰਦੇ ਹਾਂ ਸਰ ਤੁਹਾਡਾ ਆਪਣੇ ਖਾਸ ਪ੍ਰੋਗਰਾਮ ਦੇ ਵਿੱਚ। ਡਾਕਟਰ ਵਿਕੇਸ਼ ਗੁਪਤਾ, DM, ਡੀਪ ਹਸਪੀਟਲ ਲੁਧਿਆਣਾ, ਚੈਸਟ ਸਪੈਸ਼ਲਿਸਟ, ਸਵਾਗਤ ਕਰਦੇ ਹਾਂ ਸਰ। ਨਮਸਕਾਰ। ਡਾਕਟਰ ਕੁਲਵੰਤ ਸਿੰਘ, ਚੀਫ ਹਾਰਟ ਸਪੈਸ਼ਲਿਸਟ, ਕੁਲਵੰਤ ਹਾਰਟ ਸੈਂਟਰ ਤੋਂ, ਮੈਨੇਜਿੰਗ ਡਾਇਰੈਕਟਰ, ਸਵਾਗਤ ਕਰਦੇ ਹਾਂ ਜੀ MD ਦਾ। ਸਤਿ ਸ਼੍ਰੀ ਅਕਾਲ ਜੀ। ਜੀ, ਉਸ ਤੋਂ ਬਾਅਦ ਜੀ ਡਾਕਟਰ ਅਵਿਨਾਸ਼ ਜਿੰਦਲ, MD, ਸੀਨੀਅਰ ਮੈਡੀਕਲ ਐਂਡ SMO ਲੁਧਿਆਣਾ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸੋ ਤੁਹਾਡੇ ਸਾਰੇ ਡਾਕਟਰਾਂ ਦੀ ਟੀਮ ਦਾ ਮੈਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਵਾਗਤ ਕਰਨਾ ਚਾਹੁੰਦੀ ਹਾਂ ਜੀ। ਅੱਜ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਅੱਜ ਦਾ ਮੁੱਦਾ ਜੀ ਕਰੋਨਾ ਵਾਇਰਸ ਕੀ, ਆਖਿਰ ਕਰੋਨਾ ਵਾਇਰਸ ਹੈ ਕੀ, ਕਿਵੇਂ ਇਸ ਨੂੰ ਰੋਕਿਆ ਜਾ ਸਕਦਾ, ਕਿਹੜੇ ਅਸੀਂ ਘਰੇਲੂ ਉਪਾਅ ਕਰਕੇ ਇਸ ਦੀ ਰੋਕਥਾਮ ਕਰ ਸਕਦੇ ਹਾਂ, ਤੇ ਇਹ ਵੀ ਕਈਆਂ ਚ ਵਹਿਮ ਹੈ ਭਰਮ ਹੈ ਕਿ ਕਰੋਨਾ ਵਾਇਰਸ ਦੇਸ਼ ਦੀ ਜਿਹੜੀ ਕਿ ਕਾਫੀ ਆਬਾਦੀ ਮਾਰ ਮੁਕਾਏਗਾ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਵਿਕੇਸ਼ ਗੁਪਤਾ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ, ਜਿਹੜੇ ਮੇਰੇ ਦਰਸ਼ਕ ਹੈ ਜੀ, ਉਹਨਾਂ ਦਾ ਪਹਿਲਾ ਕੁਸ਼ਚਨ ਇਹੀ ਹੈ ਕਿ ਕਰੋਨਾ ਵਾਇਰਸ ਆਖਰ ਹੈ ਕੀ? ਦੇਖੋ ਜੀ, ਕਰੋਨਾ ਵਾਇਰਸ ਇਹ ਨਵਾਂ ਵਾਇਰਸ ਨਹੀਂ ਹੈਗਾ। ਕਰੋਨਾ ਵਾਇਰਸ ਬਹੁਤ ਸਾਲਾਂ ਤੋਂ ਸਾਰੇ ਸੰਸਾਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਕਰਦਾ ਹੈਗਾ। ਇਹ ਜਿਹੜੇ ਕਰੋਨਾ ਵਾਇਰਸ ਤੋਂ ਆਪਾਂ ਸਾਰੇ ਸਕੇਅਰਡ ਹੈਗੇ, ਜਿਹੜਾ ਨਵਾਂ ਇਹ ਫੈਲਿਆ ਹੈਗਾ, ਇਹ ਇੱਕ ਸਪੈਸ਼ਲ ਸਟ੍ਰੇਨ ਹੈਗੀ ਜਿਹੜੀ ਚਾਈਨਾ ਦੇ ਵੁਹਾਨ ਡਿਸਟ੍ਰਿਕਟ ਵਿੱਚ ਸ਼ੁਰੂ ਹੋਈ ਹੈ ਅਤੇ ਸਾਰੇ ਸੰਸਾਰ 'ਚ ਵਿੱਚ ਹੌਲੀ ਹੌਲੀ ਫੈਲਣਾ ਸ਼ੁਰੂ ਹੋ ਗਈ ਹੈ। ਅਤੇ ਇਹ ਲਾਰਜ ਫੈਮਿਲੀ ਆਫ ਵਾਇਰਸਿਸ ਦੀ ਇੱਕ ਗਰੁੱਪ ਹੈਗਾ, ਜਿਹੜਾ ਕਿ ਸਾਹ ਦੀਆਂ ਬਿਮਾਰੀਆਂ ਕਰ ਸਕਦਾ ਹੈ। ਇਹਦੇ ਮੁੱਖ ਲੱਛਣ ਹੁੰਦੇ ਨੇਗੇ, ਜਿਵੇਂ ਕਿਸੇ ਨੂੰ ਛਿੱਕਾਂ ਆਉਂਦੀਆਂ ਨੇ, ਖਾਂਸੀ ਹੋ ਸਕਦੀ ਹੈ, ਬੁਖਾਰ ਹੋ ਸਕਦਾ ਹੈ, ਸਰੀਰ ਟੁੱਟਦਾ ਹੈਗਾ, ਕਈਆਂ ਨੂੰ ਦਸਤ ਵੀ ਹੋ ਸਕਦੇ ਨੇ। ਅਤੇ ਜੇ ਬਿਮਾਰੀ ਕਿਸੇ ਨੂੰ ਜ਼ਿਆਦਾ ਵੱਧ ਜਾਵੇ ਤਾਂ ਉਹਦੇ ਵਿੱਚ ਸਾਹ ਦੀ ਦਿੱਕਤ ਆ ਸਕਦੀ ਹੈ ਅਤੇ ਤੇਜ਼ ਬੁਖਾਰ ਵੀ ਹੋ ਸਕਦਾ। ਜੀ ਸਰ, ਡਾਕਟਰ ਵਿਕੇਸ਼ ਇਹ ਵੀ ਮੰਨਦਾ ਹੈ ਕਿ ਕਰੋਨਾ ਵਾਇਰਸ ਦੇ ਵਿੱਚ ਇੱਕ ਇਨਫੈਕਸ਼ਨ COVID-19 ਪਾਈ ਜਾਂਦੀ ਹੈ, ਕਿ ਇਹ ਇਨਫੈਕਸ਼ਨ ਕੀ ਹੈ? ਇਹ ਕਰੋਨਾ ਵਾਇਰਸ, ਜਿਵੇਂ ਮੈਂ ਦੱਸਿਆ, ਬਹੁਤ ਤਰ੍ਹਾਂ ਦੇ ਵਾਇਰਸਿਸ ਹੁੰਦੇ ਨੇਗੇ। ਅਤੇ ਜਿਹੜਾ ਵਾਇਰਸ ਹੁਣ ਨਵਾਂ ਜਿਹੜਾ ਚਾਈਨਾ ਤੋਂ ਸ਼ੁਰੂ ਹੋਇਆ, ਉਹਦਾ ਨਾਮ ਜਿਹੜਾ WHO ਨੇ COVID-19 ਰੱਖਿਆ ਹੈਗਾ, ਤਾਂ ਕਿ ਇਹਨੂੰ ਆਪਾਂ ਦੂਜੇ ਕਰੋਨਾ ਵਾਇਰਸਿਸ ਤੋਂ ਡਿਫਰੈਂਟ ਆਪਾਂ ਇੱਕ ਨਾਮ ਦੇ ਸਕੀਏ। ਕੋਵਿਡ ਜਿਹੜਾ 19, ਇਟ ਸਟੈਂਡਸ ਫੋਰ ਕਰੋਨਾ ਵਾਇਰਸ ਡਿਜ਼ੀਜ਼ ਨੰਬਰ 19। ਜੀ, ਸੋ ਕਰੋਨਾ ਵਾਇਰਸ ਦੇ ਕਿੰਨੀਆਂ ਕਿਸਮਾਂ ਨੇ ਵਿਕੇਸ਼? ਇਹ ਬਹੁਤ ਸਾਰੀਆਂ, ਮੋਰ ਦੈਨ 50 ਸਟ੍ਰੇਨਸ ਹੈਗੀਆਂ ਕਰੋਨਾ ਵਾਇਰਸਿਸ ਦੀਆਂ। ਜਿਵੇਂ ਮੈਂ ਦੱਸਿਆ ਪਹਿਲਾਂ, ਇਹ ਬਹੁਤ ਸਾਰੀ ਬਿਮਾਰੀਆਂ ਕਰ ਸਕਦਾ ਹੈਗਾ, ਤੇ ਜਿਹੜੀ ਨਵੀਂ ਹੈਗੀ ਉਹ COVID-19 ਹੈਗੀ। ਜੀ, ਨਵੀਂ ਜਿਹੜੀ ਕਿਸਮ ਆ ਰਹੀ ਹੈ COVID-19 ਹੈਗੀ ਹੈ। ਸੋ ਇਹ ਕਿਸਮ ਇੰਨੀ ਕੁ ਜ਼ਿਆਦਾ ਭਿਆੰਕਰ ਤੇ ਇੰਨੀ ਕੁ ਭਿਆਨਕ ਹੈ ਕਿ ਇਸ ਦੇ ਨਾਲ ਹੁੰਦੇ ਸਾਰੇ ਬੰਦੇ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ? ਦੇਖੋ, ਇੰਨੀ ਇਹ ਖਤਰਨਾਕ ਨਹੀਂ ਹੈਗੀ ਜਿੰਨੀ ਆਪਾਂ ਸਾਰੇ ਪੈਨਿਕ ਕਰ ਰਹੇ ਹਾਂ ਅੱਜ ਕੱਲ੍ਹ। ਇਹ ਕਰੋਨਾ ਵਾਇਰਸ, ਮੈਂ ਦੱਸਿਆ, ਦੁਨੀਆਂ 'ਚ ਬਹੁਤ ਸਾਲਾਂ ਤੋਂ, ਸਦੀਆਂ ਤੋਂ ਹੈਗਾ, ਬਟ ਵਿਦ ਟਾਈਮ ਕਿਸੇ ਏਰੀਆ 'ਚ ਇਹਦੀ ਨਵੀਂ ਕਿਸਮ ਪੈਦਾ ਹੋ ਜਾਂਦੀ ਹੈ। ਅਤੇ ਉਸੇ ਕਰਕੇ, ਕਿਉਂਕਿ ਇਹ ਜ਼ਿਆਦਾ ਸਟੱਡੀਜ਼ ਨਹੀਂ ਇਹਦੀਆਂ ਹੁੰਦੀਆਂ ਹੈਗੀਆਂ ਅਤੇ ਇਹਦੀ ਕੋਈ ਸਪੈਸ਼ਲ
ਮੈਡੀਸਿਨਸ ਨਹੀਂ ਹੁੰਦੀਆਂ ਜਾਂ ਵੈਕਸੀਨ ਨਹੀਂ ਹੁੰਦੀਆਂ, ਇਸ ਕਰਕੇ ਇੱਕਦਮ ਇਹ ਜੇ ਦੁਨੀਆ 'ਚ ਆ ਜਾਂਦਾ ਹੈ ਤਾਂ ਬਿਮਾਰੀ ਜ਼ਿਆਦਾ ਵਧਾ ਸਕਦਾ ਹੈਗਾ ਜੀ। ਸੋ ਡਾਕਟਰ ਸੁਰਿੰਦਰ, ਨੈਕਸਟ ਕੁਐਸਚਨ ਜੀ ਮੇਰਾ ਤੁਹਾਡੇ ਤੋਂ, ਮੈਂ ਪੁੱਛਣਾ ਚਾਹਾਂਗੀ ਕੋਰੋਨਾ ਵਾਇਰਸ ਅੱਜ ਕੱਲ ਜਿਹੜਾ ਕਿ ਛੂਤ ਦੀ ਬਿਮਾਰੀ ਵਾਂਗੂ ਫੈਲ ਰਿਹਾ, ਸੋ ਇਹਦੇ ਸਪਰੈਡ ਹੋਣ ਦੇ ਕਿਹੜੇ ਕਿਹੜੇ ਤਰੀਕੇ ਨੇ, ਕਿਵੇਂ ਸਪਰੈਡ ਹੋ ਰਿਹਾ ਵਾਇਰਸ? ਦੇਖੋ ਇਹ ਜਿਹੜੀ ਕੋਰੋਨਾ ਵਾਇਰਸ ਹੈਗਾ ਗਾ ਜੀ, ਇਹ ਡ੍ਰੋਪਲੈਟ ਇਨਫੈਕਸ਼ਨ ਅਸੀਂ ਇਹਨੂੰ ਕਹਿੰਦੇ ਆ, ਫਰੋਮ ਪਰਸਨ ਟੂ ਪਰਸਨ ਇਹ ਫੈਲਦਾ ਹੈਗਾ ਜੀ, ਔਰ ਇਕੱਲੇ ਕੰਟੈਕਟ ਦੇ ਨਾਲ ਨਹੀਂ ਹੁੰਦਾ। ਇਹ ਜਿਹੜਾ ਪੇਸ਼ੈਂਟ ਬਿਮਾਰ ਹੈਗਾ ਜੀ, ਉਹ ਜਦੋਂ ਖਾਂਸੀ ਕਰਦਾ ਜਾਂ ਉਹ ਛਿੱਕਾਂ ਕਰਦਾ, ਛਿੱਕ ਮਾਰਦਾ ਹੈਗਾ, ਜਾਂ ਉਹਦਾ ਜਿਹੜਾ ਖਾਂਸੀ ਵਾਲੇ ਬਲਗਮ ਜਿਹੜੀ ਹੈਗੀ ਹੈ, ਉਹ ਜਦੋਂ ਉਹ ਜ਼ੋਰ ਕੇ ਖੰਘਦਾ ਹੈਗਾ, ਤਾਂ ਉਹ ਜਿਹੜੇ ਡ੍ਰੋਪਲੈਟਸ ਹੈਗੇ ਨੇ, ਉਹ ਜਿਹੜੇ ਉਹਦੇ ਆਸ ਪਾਸ ਲੋਕ ਨੇ, ਉਹ ਤੋਂ ਐਕਸਪੋਜ਼ ਹੋ ਜਾਂਦੇ, ਉਹਨਾਂ ਨੂੰ ਉਹ ਇਨਫੈਕਸ਼ਨ ਹੋ ਜਾਂਦੀ, ਜਾਂ ਜਿਹੜੀਆਂ ਵੀ ਚੀਜ਼ਾਂ ਉਹਦੇ ਆਸ ਪਾਸ ਪਈਆਂ ਨੇ। ਸੋ ਡਾਕਟਰ ਸੁਰਿੰਦਰ, ਯੂ ਕੈਨ ਸੇ ਦੈਟ ਕਿ ਟ੍ਰਾਂਸਮਿਟ ਹੁੰਦਾ ਥਰੂ 에ਅਰ ਦੀ, ਮਤਲਬ ਸਾਹ ਲੈਣ ਦੇ ਨਾਲ ਵੀ? ਬਿਲਕੁਲ ਬਿਲਕੁਲ, ਹਾਂ ਬਿਲਕੁਲ, ਤੁਸੀਂ ਸਹੀ ਕਰ ਰਹੇ ਹੋ। ਔਰ ਹਵਾ ਦੇ ਥਰੂ ਇਦਾਂ ਨਹੀਂ ਹੈਗਾ ਕਿ ਹਵਾ ਦੇ ਵਿੱਚ ਇਹ ਜਰਮ ਨਹੀਂ ਹੈਗੇ ਜੀ, ਲੇਕਿਨ ਜਦੋਂ ਕੋਈ ਖੰਘਦਾ ਹੈਗਾ, ਉਹਦੇ ਸਾਹਮਣੇ ਜਿਹੜੀਆਂ ਵੀ ਚੀਜ਼ਾਂ ਪਈਆਂ ਨੇ, ਉਹ ਇਨਫੈਕਟਡ ਹੋ ਜਾਂਦੀਆਂ। ਇਸੇ ਤਰ੍ਹਾਂ ਜੇ ਉਹਦੇ ਕੋਈ ਸਾਹਮਣੇ ਕੋਈ ਬੰਦਾ ਖੜਾ ਹੈਗਾ, ਤਾਂ ਉਹਨੂੰ ਇਨਫੈਕਸ਼ਨ ਹੋ ਜਾਂਦੀ ਜੀ। ਸੋ ਡਾਕਟਰ ਕੁਲਵੰਤ, ਆਪਣੇ ਆਪ ਨੂੰ ਇਸ ਇਨਫੈਕਸ਼ਨ ਤੋਂ ਬਚਾਉਣ ਦੇ ਲਈ ਸਾਨੂੰ ਕਿਸ ਤਰ੍ਹਾਂ ਦੇ ਜਿਹੜੇ ਕਿ ਨਿਯਮ ਹੈ ਉਸਦੀ ਪਾਲਣਾ ਕਰਨੀ ਚਾਹੀਦੀ ਹੈ? ਦੇਖੋ, ਇਹ ਇੱਕ ਵਾਇਰਲ ਡਿਜ਼ੀਜ਼ ਹੈ, ਜਿਵੇਂ ਪਤਾ ਲੱਗੇ ਕੋਰੋਨਾ ਵਾਇਰਸ ਹੈ ਨਾ ਜੀ, 19, ਇਹ ਜਿਹੜਾ ਇਫੈਕਟ ਕਰਦੀ ਹੈ, ਜਿਵੇਂ ਡਾਕਟਰ ਨੇ ਦੱਸਿਆ ਕਿ ਇਹ ਡ੍ਰੋਪਲੈਟ ਸਪਰੈਡ ਹੈਗੀ ਹੈ। ਕੋਈ ਬੰਦਾ ਜਦ ਖਾਂਸੀ ਕਰਦਾ ਹੈ, ਕੁਛ ਮੀਟਰ ਤੱਕ ਉਹਦੇ ਡ੍ਰੋਪਲੈਟਸ ਜਾਂਦੇ ਕੇ, ਜਦੋਂ ਡ੍ਰੋਪਲੈਟਸ ਜਾਂਦੇ ਨੇ ਉਹ ਸਰਵਿਸ ਤੇ ਬਹਿ ਜਾਂਦੇ ਨੇ, ਯਾਨੀ ਕਿ ਤੁਹਾਡੇ ਟੇਬਲ ਤੇ, ਚੇਅਰ ਤੇ, ਜਾਂ ਜਿਹੜੀਆਂ ਉਹਦੇ ਆਲੇ ਦੁਆਲੇ ਚੀਜ਼ਾਂ ਪਈਆਂ ਉੱਥੇ ਜਦੋਂ ਬਹਿ ਜਾਂਦੇ ਨੇ, ਤੇ ਉਹਦੇ ਨਾਲ ਜਦ ਕੋਈ ਦੂਜਾ ਬੰਦਾ ਉਹਦੇ ਹੱਥ ਲੱਗਦਾ ਹੈ ਜਾਂ ਕਿਸੇ ਟੱਚ ਕਰਦਾ, ਟੱਚ ਕਰਨ ਦੇ ਬਾਅਦ ਉਹ ਆਪਣੇ ਮੂੰਹ ਨੂੰ, ਕੰਨਾਂ ਨੂੰ, ਅੱਖਾਂ ਨੂੰ ਜਾਂ ਟੱਚ ਕਰਦਾ, ਤੇ ਇਹ ਵਾਇਰਸ ਉੱਥੋਂ ਸਪਰੈਡ ਕਰ ਜਾਂਦੀ। ਜਦ ਇਹ ਵਾਇਰਸ ਸਪਰੈਡ ਕਰ ਜਾਂਦੀ, ਇਹ ਚ ਇੰਨਾ ਪੈਨਿਕ ਹੋਣ ਦੀ ਲੋੜ ਨਹੀਂ ਹੈ, ਇਹਦੇ ਸਿਰਫ ਵਿਜੀਲੈਂਟ ਹੋਣ ਦੀ ਲੋੜ ਹੈ। ਪੈਨਿਕ ਇਨ ਦਾ ਸੈਂਸ, ਜਦ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ, ਜਿਹੜੇ ਕਿ ਓਲਡ ਏਜ ਵਾਲੇ ਬੰਦੇ ਹੈ ਉਹਨਾਂ ਨੂੰ, ਜਾਂ ਜਿਹਨਾਂ ਨੂੰ ਡਾਇਬਟੀਜ਼ ਹੈਗੀ ਹੈ, ਜਾਂ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਜਾਂ ਜਿਹਨਾਂ ਨੂੰ ਹਾਰਟ ਦੀ ਆਪੇ ਬਿਮਾਰੀ ਹੈ, ਜਾਂ ਜਿਹਨਾਂ ਨੂੰ ਇਮਿਊਨ ਸਿਸਟਮ ਜਿਹੜਾ ਉਹਨਾਂ ਦਾ ਖਰਾਬ ਹੈਗਾ, ਉਹਨਾਂ ਨੂੰ ਜ਼ਿਆਦਾ ਬਿਮਾਰੀ ਬੁਰਾ ਹਾਲ ਮੰਨਿਆ ਜਾ ਰਿਹਾ। ਬਹੁਤ ਸਾਰੇ ਲੋਕ ਹੈ ਜਿਹੜੇ ਕਿ ਮੌਤ ਦਾ ਸ਼ਿਕਾਰ ਹੋ ਗਏ ਨੇ ਇਸ ਵਾਇਰਸ ਦੇ ਕਾਰਨ, ਸੋ ਉਹਨਾਂ ਦਾ ਰੀਜ਼ਨ ਕੀ ਹੋ ਸਕਦਾ ਹੈ? ਚਾਈਨਾ ਦੇ ਵਿੱਚ ਸਪਰੈਡ ਬੜੀ ਤੇਜ਼ੀ ਨਾਲ ਹੋਇਆ, ਜਦ ਉਹਨਾਂ ਨੂੰ ਪਤਾ ਲੱਗਿਆ ਤਾਂ ਆਲਰੇਡੀ ਲਾਰਜ ਨੰਬਰ ਆਫ ਦ ਪੀਪਲ, ਬਹੁਤ ਜ਼ਿਆਦਾ ਬੰਦੇ ਇਨਫੈਕਟ ਹੋ ਚੁੱਕੇ ਸੀ, ਕਿਉਂਕਿ ਇਹਦੀ ਟ੍ਰਾਂਸਮਿਸ਼ਨ ਮੈਨ ਟੂ ਮੈਨ ਡ੍ਰੋਪਲੈਟ ਨਾਲ ਇਨਫੈਕਸ਼ਨ ਹੋ ਜਾਂਦੀ। ਉਹ ਜਦ ਪਤਾ ਉਹਨਾਂ ਨੂੰ ਲੱਗਿਆ ਹੈਗਾ ਕਿ ਇਹ ਤਾਂ ਸਪਰੈਡ ਹੀ ਬਹੁਤ ਹੋ ਗਈ, ਸਾਨੂੰ ਲੋਕਾਂ ਜਿਹੜੇ ਬਾਹਰੋਂ ਹੁਣ ਆ ਰਹੇ ਨੇ ਉਹਨਾਂ ਨੂੰ ਤੁਸੀਂ ਆਈਸੋਲੇਸ਼ਨ 'ਚ ਰੱਖਦੇ ਆ, ਉਹਨਾਂ ਨੂੰ ਟੇਕ ਕੇਅਰ ਕਰਦੇ, ਤਾਂ ਕਿ ਉਹ ਫਰਦਰ ਆਪਣੀ ਜਿਹੜੀ ਇਹ ਜਿਹੜੀ ਵਾਇਰਸ ਹੈ ਇਹਨੂੰ ਐਕਸਟੈਂਡ ਨਾ ਕਰਨ। ਖਾਸਕਰ ਇਹ ਜਿਹੜੀ ਡੈਥ ਹੈ, ਜਿਹੜੀ ਇਹਦੀ ਕੰਪਲੀਕੇਸ਼ਨ ਹੈ, ਉਹ ਓਲਡ ਏਜ 'ਚ ਹੈਗੀ ਹੈ, ਜਿਹੜੇ ਬੰਦੇ ਆਲਰੇਡੀ ਡਿਜ਼ੀਜ਼ ਹੈਗੇ, ਜਿਹਨਾਂ ਨੂੰ ਸ਼ੂਗਰ ਹੈ, ਜਿਹਨਾਂ ਨੂੰ ਬਲੱਡ ਪ੍ਰੈਸ਼ਰ ਹੈ, ਇਹਨਾਂ ਨੂੰ ਹਾਰਟ ਦੀ ਬਿਮਾਰੀ ਹੈ, ਪਰ ਥੋੜੇ ਬੱਚਿਆਂ ਨੂੰ, ਯੰਗ ਬੱਚੇ ਜਿਹੜੇ ਬੰਦੇ ਆ ਜਿਹਨਾਂ ਨੂੰ ਮਾਈਲਡ ਡਿਜ਼ੀਜ਼ ਹੈਗੀ ਹੈ, ਉਹ ਜੇ ਆਪਣੇ ਆਪ ਨੂੰ ਘਰ 'ਚ ਆਈਸੋਲੇਸ਼ਨ ਲੈ ਲੈਂਦੇ, ਜੇ ਤਕਲੀਫ ਥੋੜ੍ਹੀ ਜਿਹੀ ਰੈਸਪੀਰੇਸ਼ਨ ਪ੍ਰੋਬਲਮ ਆਉਂਦੀ ਹੈ, ਉਹ ਡਾਕਟਰ ਕੋਲ ਚਲੇ ਜਾਂਦੇ ਨੇ, ਤੇ ਫਿਰ ਥੋੜ੍ਹਾ ਜਿਹਾ ਬਚਾਅ ਹੋ ਜਾਂਦਾ। ਇਹਦੀ ਮੋਰ ਆਰ ਲੈਸ ਸਾਨੂੰ ਪ੍ਰੀਵੈਂਸ਼ਨ ਦੀ ਲੋੜ ਹੈ, ਆਪਾਂ ਨੂੰ ਇਖਤਿਆਰਤ ਵਰਤਣ ਦੀ ਲੋੜ ਹੈ, ਤਾਂ ਕਿ ਇਹ ਜਿਹੜੀ ਡਿਜ਼ੀਜ਼ ਸਪਰੈਡ ਨਾ ਹੋ ਜੀ। ਸੋ ਡਾਕਟਰ ਅਵਿਨਾਸ਼, ਨੈਕਸਟ ਕੁਐਸਚਨ ਮੇਰਾ ਜੀ ਤੁਹਾਡੇ ਤੋਂ, ਹਾਊ ਕੈਨ ਆਈ ਪ੍ਰੋਟੈਕਟ ਮਾਈਸੈਲਫ, ਕਿਵੇਂ ਵਾਇਰਸ ਮੇਰੇ ਕੋਲ ਨਾ ਆਵੇ, ਮੈਂ ਇਸ ਤੋਂ ਬਚਣਾ ਚਾਹੁੰਦੀ ਆ, ਤੇ ਉਹ ਕਿਵੇਂ ਕੀਤਾ ਜਾ ਸਕਦਾ, ਇੱਕ ਵਿਅਕਤੀ ਕਿਵੇਂ ਕਰੇਗਾ? ਇਹਦੇ ਵਿੱਚ ਜਿਵੇਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਹ ਹੁਣ ਫੈਲ ਰਿਹਾ ਹੈਗਾ ਜੀ, ਤੇ ਆਪਾਂ ਨੂੰ ਜੇ ਕਿਸੇ ਨੂੰ ਵੀ ਖਾਂਸੀ ਜ਼ੁਕਾਮ ਵਗੈਰਾ ਹੋਵੇ ਜੀ, ਤੇ ਉਸਦੇ ਨਜ਼ਦੀਕ ਨਹੀਂ ਜਾਣਾ ਚਾਹੀਦਾ, 1 ਮੀਟਰ ਦਾ ਮਤਲਬ 3 ਫੁੱਟ ਦਾ ਘੱਟੋ ਘੱਟ ਰਸਤਾ ਆਪਾਂ ਨੂੰ ਅਪਣਾਉਣਾ ਚਾਹੀਦਾ ਜੀ। ਹੈਂਡ ਸ਼ੇਕਿੰਗ ਜਿਹੜੀ ਅੱਗੇ ਕਰਦੇ ਸੀ ਜੀ, ਉਸ ਤੋਂ ਅੱਜ ਕੱਲ ਦੇ ਦਿਨਾਂ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਹੈ, ਮਤਲਬ ਦੂਰ ਤੋਂ ਹੀ ਨਮਸਕਾਰ ਕਰਨੀ ਚਾਹੀਦੀ ਹੈ, ਦੂਰ ਤੋਂ ਹੀ ਨਮਸਕਾਰ ਕਰਨੀ ਚਾਹੀਦੀ ਹੈ। ਤੇ ਜੇ ਆਰਟੀਕਲ ਦੀ ਗੱਲ ਕਰੀਏ, ਜਿਵੇਂ ਆਪਾਂ ਡੋਰ ਖੋਲਦੇ ਹੈਗੇ ਆ, ਕਿਤੇ ਹੋਟਲ 'ਚ ਜਾਂਦੇ ਹਾਂ, ਉੱਥੇ ਵੀ ਕਿਸੇ ਬੰਦੇ ਦੇ ਇਨਫੈਕਟਡ ਦੇ ਹੱਥ ਲੱਗੇ ਹੋ ਸਕਦੇ ਨੇ, ਤੇ ਕਿਹਾ ਜਾਂਦਾ ਵੀ ਸੱਜਾ ਹੱਥ ਤਾਂ ਜਿਹੜਾ ਆਰਟੀਕਲਸ ਨੂੰ ਪਕੜਨ ਲਈ ਰੱਖਿਆ ਜਾਵੇ, ਤੇ ਖੱਬਾ ਹੱਥ ਸਪੇਅਰ ਰੱਖਿਆ ਜਾਵੇ, ਤੇ ਹੈਂਕੀ ਵੀ ਆਪਣਾ ਖੱਬੀ ਜੇਬ ਦੇ ਵਿੱਚ ਰੱਖਿਆ ਜਾਵੇ, ਤਾਂ ਕਿ ਜੇ ਸੱਜਾ ਹੱਥ ਇਨਫੈਕਟਡ ਹੈ, ਉਸ ਨੂੰ ਆਪਾਂ ਕਿਤੇ ਹੋਰ ਫੇਸ ਦੇ ਉੱਤੇ ਕੋਈ ਖਾਰਿਸ਼ ਕਰਨੀ ਹੈ ਜਾਂ ਹੋਰ ਕਰਨੀ ਹੈ, ਉੱਥੇ ਉਸ ਨੂੰ ਨਾ ਲਗਾਇਆ ਜਾਵੇ ਸੱਜੇ ਹੱਥ ਨੂੰ, ਤੇ ਇਹ ਵਾਲਾ ਜਿਹੜਾ ਕੰਮ ਹੈ ਆਪਣੇ ਸਰੀਰ ਤੇ ਲੈਣਾ, ਉਹ ਖੱਬੇ ਹੱਥ ਨਾਲ ਹੀ ਲਿੱਤਾ ਜਾਵੇ, ਤੇ ਬਾਹਰਲੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੱਥ ਪੜਨ ਵਾਸਤੇ ਸੱਜਾ ਹੱਥ ਵਰਤਿਆ ਜਾਵੇ, ਤੇ ਇਸ ਤਰ੍ਹਾਂ ਇੱਕ ਦੂਸਰੇ ਨੂੰ ਖਾਂਸੀ ਜੇ ਉਸ ਦੇ ਨਜ਼ਦੀਕ
ਨਹੀਂ ਆਣਾ ਚਾਹੀਦਾ, ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਜੀ। ਸੋ ਇੱਥੇ ਡਾਕਟਰ ਅਵਿਨਾਸ਼ ਨੇ ਸਾਨੂੰ ਦੱਸਿਆ ਕਿ ਜੇਕਰ ਤੁਸੀਂ ਇਸ ਵਾਇਰਸ ਤੋਂ ਬਚਣਾ ਚਾਹੁੰਦੇ ਹੋ ਤੁਹਾਨੂੰ ਹੈਲੋ ਦੀ ਜਗ੍ਹਾ ਹੁਣ ਨਮਸਕਾਰ ਅਪਣਾਣੀ ਪਏਗੀ, 3 ਫੀਟ ਦੀ ਇੱਕ ਦੂਰੀ ਇੱਕ ਪਰਸਨ ਤੋਂ ਬਣਾ ਕੇ ਰੱਖਣੀ ਪਏਗੀ। ਤੇ ਜੇਕਰ ਕਿਸੇ ਨੂੰ ਖਾਂਸੀ ਜੁਕਾਮ ਜਾਂ ਨਜ਼ਲਾ ਵਰਗੀ ਤੁਹਾਨੂੰ ਕੋਈ ਲੱਗ ਰਹੀ ਹੈ ਕਿ ਉਸਦੇ ਨਜ਼ਦੀਕ ਬਿਲਕੁਲ ਨਾ ਜਾਓ, ਇੱਕ ਬਹੁਤ ਹੀ ਵਧੀਆ ਇਹਨਾਂ ਸੁਝਾਅ ਦਿੱਤਾ ਹੈ ਕਿ ਸੱਜਾ ਹੱਥ ਤੁਸੀਂ ਸਿਰਫ ਵਰਕ ਲਈ ਰੱਖੋ ਜਦਕਿ ਖੱਬਾ ਹੱਥ ਤੁਸੀਂ ਆਪਣਾ ਜੇਬ ਦੇ ਵਿੱਚ ਪਾ ਕੇ ਇਸਦੇ ਨਾਲ ਇੱਕ ਹੈਂਕੀ ਜ਼ਰੂਰ ਰੱਖੋ ਤਾਂ ਕਿ ਇਸ ਵਾਇਰਸ ਤੋਂ ਤੁਹਾਡਾ ਬਚਾਅ ਹੋ ਸਕੇ। ਸੋ ਡਾਕਟਰ ਵਿਕੇਸ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਵਾਇਰਸ ਦਿਨੋ ਦਿਨ ਬਹੁਤ ਜ਼ਿਆਦਾ ਫੈਲ ਰਿਹਾ, ਕੀ ਕੁਝ ਉਪਾਅ ਵੀ ਹੋਣਗੇ ਇਸ ਵਾਇਰਸ ਰੋਕਣ ਦੇ ਲਈ? ਸੋ ਡਾਕਟਰਸ ਨੇ ਪਹਿਲਾਂ ਮਤਲਬ ਇਸ ਦੀ ਰੋਕਥਾਮ ਦੇ ਲਈ ਕਿਉਂ ਨਹੀਂ ਕਦਮ ਚੁੱਕੇ? ਦੇਖੋ ਜੀ, ਇਹ ਜਿਵੇਂ ਡਾਕਟਰ ਕੁਲਵੰਤ ਨੇ ਵੀ ਕਿਹਾ, ਇਹ ਪ੍ਰੋਬਲਮ ਹੁਣ ਰੀਸੈਂਟਲੀ ਹੀ ਸ਼ੁਰੂ ਹੋਈ ਹੈ ਤੇ ਆਪਾਂ ਨੂੰ ਨਹੀਂ ਪਤਾ ਸੀਗਾ ਵੀ ਇਹ ਵਾਇਰਸ ਦੁਨੀਆ ਚ ਆਏਗਾ। ਨਹੀਂ, ਕੋਰੋਨਾ ਵਾਇਰਸ ਤਾਂ ਜਿਵੇਂ ਮੈਂ ਕਿਹਾ ਇਹ ਬਹੁਤ ਸਾਲਾਂ ਤੋਂ ਹੈਗਾ ਦੁਨੀਆ ਚ, ਪਰ ਇਹ ਜਿਹੜੀ ਨਵੀਂ ਸਟ੍ਰੇਨ ਹੈ ਇਸ ਲਈ ਲੋਕੀ ਹਜੇ ਪ੍ਰਿਪੇਅਰ ਨਹੀਂ ਸੀਗੇ। ਇਹ ਸਡਨਲੀ ਇੱਥੇ ਚਾਈਨਾ ਤੋਂ ਇੱਕ ਸ਼ੁਰੂ ਹੋਇਆ ਹੈ, ਬਟ ਆਈ ਥਿੰਕ ਸਾਰੀਆਂ ਹੁਣ ਜਿਹੜੇ ਕੰਟਰੀਜ਼ ਨੇ, ਮੈਂ ਇੱਥੇ ਲੋਕਾਂ ਦੀ ਗੱਲ ਨਹੀਂ, ਮੈਂ ਡਾਕਟਰਸ ਦੀ ਗੱਲ ਕਰ ਰਹੀ ਹਾਂ ਕਿ ਡਾਕਟਰਸ ਕਿਉਂ ਨਹੀਂ ਪ੍ਰਿਪੇਅਰ ਸੀ, ਕਿਉਂ ਨਹੀਂ ਇਹਨਾਂ ਨੇ ਮੈਡੀਸਿਨ ਤਿਆਰ ਕੀਤੀ? ਟ੍ਰਾਇਲ ਬੇਸ ਤੇ ਕਰਨਾ ਪੈਂਦਾ ਤੇ ਆਪਣੇ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਆਪਾਂ ਇੰਨੀ ਛੇਤੀ ਨਵੀਂ ਡਰੱਗ ਇੱਕ ਇਜਾਦ ਕਰ ਸਕੀਏ ਜੀ। ਸੋ ਤੁਸੀਂ ਹੁਣ ਦੱਸੋ ਜੀ, ਹੁਣ ਇਹ ਵਾਇਰਸ ਫੈਲ ਹੀ ਰਿਹਾ ਤੇ ਫੈਲ ਪੂਰੀ ਦੁਨੀਆ ਦੇ ਵਿੱਚ ਰਿਹਾ, ਇਸ ਨੂੰ ਰੋਕਣ ਦੇ ਲਈ ਅਸੀਂ ਮਤਲਬ ਕੀ ਕਦਮ ਚੱਕ ਸਕਦੇ ਹਾਂ, ਕਿਵੇਂ ਰੋਕਿਆ ਜਾ ਸਕਦਾ ਇਸ ਨੂੰ? ਦੇਖੋ, ਇਸ ਬਿਮਾਰੀ ਨੂੰ ਰੋਕਣ ਲਈ ਆਪਾਂ ਪ੍ਰੀਵੈਂਸ਼ਨ ਮੈਜਰਸ ਲੈ ਸਕਦੇ ਹਾਂ, ਉਹ ਪੂਰੇ ਕੰਟਰੀਜ਼ ਦੇ ਲੈਵਲ ਤੇ ਵੀ ਹੋਣਾ ਚਾਹੀਦਾ, ਐਟ ਪੋਪੂਲੇਸ਼ਨ ਲੈਵਲ ਆਲਸੋ, ਡਾਕਟਰਸ ਲੈਵਲ ਆਲਸੋ, ਤੇ ਸਭ ਨੇ ਆਪਾਂ ਨੇ ਕੋਸ਼ਿਸ਼ ਕਰਨੀ ਹੈ ਕਿ ਇਹ ਬਿਮਾਰੀ ਲੋਕਾਂ ਚ ਨਾ ਫੈਲੇ। ਸਰ, ਜੇ ਪ੍ਰੀਵੈਂਸ਼ਨ ਦੀ ਗੱਲ ਹੁੰਦੀ, ਤੁਸੀਂ ਕਿਹਾ ਵੈਸੇ ਤਾਂ ਮੰਨਿਆ ਜਾਂਦਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਤੇ ਪ੍ਰੀਵੈਂਸ਼ਨ ਦੀ ਜੇਕਰ ਗੱਲ ਹੁੰਦੀ ਤਾਂ ਮਤਲਬ ਚਾਈਨਾ ਤੋਂ ਬਾਹਰ ਆਉਂਦਾ ਹੀ ਨਾ ਵਾਇਰਸ, ਅੱਜ ਦੀ ਡੇਟ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪੈਰ ਪਸਾਰਦਾ ਹੀ ਜਾ ਰਿਹਾ। ਸੋ ਅਸੀਂ ਰੋਕ ਹੀ ਨਹੀਂ ਸਕਦੇ ਇਸ ਨੂੰ, ਸਾਹਾਂ ਦੇ ਥਰੂ ਜਰਮਸ ਜਾ ਰਹੇ ਨੇ, ਪਤਾ ਨਹੀਂ ਕਿਸ ਨੂੰ ਵਾਇਰਸ ਹੈ, ਪਤਾ ਵੀ ਨਹੀਂ ਲੱਗ ਰਿਹਾ। ਸੋ ਕਿਵੇਂ, ਕਿਹੜੇ ਸਿੰਪਟਮਸ ਦੇ ਥਰੂ ਅਸੀਂ ਪਤਾ ਕਰੀਏ ਕਿ ਸਾਨੂੰ ਇਹ ਵਾਇਰਸ ਹੋ ਚੁੱਕਿਆ? ਦੇਖੋ, ਇਹਦੇ ਜਿਹੜੇ ਸਿੰਪਟਮਸ ਨੇ ਬਹੁਤ ਹੀ ਨੋਨ ਸਪੈਸੀਫਿਕ ਨੇਗੇ ਜੀ। ਇਹਦੇ ਸਿੰਪਟਮ ਜਿਵੇਂ ਮੈਂ ਦੱਸਿਆ, ਜਿਵੇਂ ਖਾਰ ਹੋ ਸਕਦਾ, ਉਹ ਤਾਂ ਕਿਸੇ ਵੀ ਬੰਦੇ ਦਾ ਗਲਾ ਖਰਾਬ ਹੁੰਦਾ ਜਾਂ ਨਿਮੋਨੀਆ ਹੁੰਦਾ, ਸਿਮਿਲਰ ਸਿੰਪਟਮਸ ਨੇ, ਤੇ ਤੁਸੀਂ ਰਾਈਟ ਹੋ ਇਸ ਮਾਮਲੇ 'ਚ ਕਿ ਇਹਨੂੰ ਡਿਫਰੈਂਸ਼ੀਏਟ ਕਰਨਾ ਬਹੁਤ ਮੁਸ਼ਕਿਲ ਹੈ ਜੀ, ਬਿਲਕੁਲ। ਹਾਂ, ਤੇ ਇਸ ਲਈ ਆਪਾਂ ਜਿਹਨੂੰ ਵੀ ਟਰੈਵਲ ਹਿਸਟਰੀ ਹੈ, ਜੋ ਵੀ ਪੇਸ਼ੈਂਟ ਚਾਈਨਾ ਤੋਂ ਟਰੈਵਲ ਕਰ ਰਿਹਾ ਦੂਜੇ ਕੰਟਰੀਜ਼ 'ਚ, ਉਹ ਆਪਾਂ ਵਿਜੀਲੈਂਟ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਆਪਾਂ ਨੂੰ ਰਹਿਣਾ ਚਾਹੀਦਾ ਹੈਗਾ, ਤੇ ਸਰਕਾਰ ਸਾਰੀ ਸਰਕਾਰਾਂ ਸਾਰੇ ਕੰਟਰੀਜ਼ ਦੇ ਐਗਰੈਸਿਵਲੀ ਸਟੈਪਸ ਲੈ ਰਹੀ ਹੈ, WHO, CDC, ਫਰੋਮ ਅਮੈਰੀਕਾ, ਫਰੋਮ ਕੈਨੇਡਾ, ਇਟਲੀ, ਆਲ ਗਵਰਨਮੈਂਟਸ ਆਰ ਵਰਕਿੰਗ ਟੁਗੈਦਰ ਐਟ ਅ ਇੰਟਰਨੈਸ਼ਨਲ ਲੈਵਲ ਤਾਂ ਕਿ ਇਹ ਪ੍ਰੋਬਲਮ ਨਾ ਵਧੇ। ਤਾਂ ਜਿਵੇਂ ਹੁਣ ਏਅਰਪੋਰਟਸ ਦੀ ਆਪਾਂ ਗੱਲ ਕਰੀਏ, ਸਾਰੇ ਏਅਰਪੋਰਟਸ ਇੰਡੀਆ ਦੇ ਜਿਹੜੇ ਹੈਗੇ 21 ਏਅਰਪੋਰਟ, ਦੈਨ ਸੀ ਪੋਰਟਸ ਨੇਗੇ, ਜਿੱਥੋਂ ਜਿੱਥੋਂ ਆਪਾਂ ਨੂੰ ਲੱਗਦਾ ਹੈ ਕਿ ਬਾਹਰੋਂ ਟੂਰਿਸਟ ਵਗੈਰਾ ਜਾਂ ਪੋਪੂਲੇਸ਼ਨ ਬਾਹਰੋਂ ਆ ਰਹੀ ਹੈ, ਉੱਥੇ ਸਕਰੀਨਿੰਗ ਸ਼ੁਰੂ ਹੋ ਗਈ ਹੈ ਜੀ। ਸਕਰੀਨਿੰਗ ਸ਼ੁਰੂ ਹੋ ਗਈ ਹੈ, ਜਦ ਪਤਾ ਸੀ ਸਰ ਚਾਈਨਾ ਦੇ ਵਿੱਚ ਵਾਇਰਸ ਸਪਰੈਡ ਹੋ ਗਿਆ, ਲੋਕਾਂ ਨੂੰ ਬਹੁਤ ਜ਼ਿਆਦਾ ਮਤਲਬ ਮਾਰ ਰਿਹਾ ਵਾਇਰਸ, ਫਿਰ ਪਹਿਲਾਂ ਹੀ ਸਕਰੀਨਿੰਗ ਕਿਉਂ ਨਹੀਂ ਕੀਤੀ ਗਈ? ਪ੍ਰਬੰਧ ਕੀਤੇ ਹੋਏ ਸੀ, ਪਰੰਤੂ ਜਿਹੜਾ ਹੁਣ ਨੋਵਲ ਕੋਰੋਨਾ ਵਾਇਰਸ ਆਇਆ, ਇਹ ਜਿਵੇਂ ਨੇਚਰ ਤੇ ਡਾਕਟਰ ਦੋਨਾਂ ਦੀ ਆਪਸ ਚ ਜਦੋਂ ਜਹਿਲ ਚੱਲਦੀ ਹੁੰਦੀ ਹੈ, ਨੇਚਰ ਵੀ ਆਪਣਾ ਰੂਪ ਬਦਲਦੀ ਰਹਿੰਦੀ ਹੈ, ਇਹ ਵਾਇਰਸ ਨਵਾਂ ਜੋ ਹੈ ਜੀਨ ਇਸਦਾ ਬਦਲ ਕੇ ਆਇਆ ਹੈ, ਜਿਸਦਾ ਕਿ ਟ੍ਰੀਟਮੈਂਟ ਸਾਡੇ ਕੋਲ ਨਹੀਂ ਸੀ, ਤੇ ਹੁਣ ਅਸੀਂ ਇਸ ਨੂੰ ਕੋਰੋਨਾ ਵਾਇਰਸ ਨੂੰ ਬੈਲੈਂਸ ਰੱਖ ਕੇ ਚੱਲਣਾ ਪੈਂਦਾ ਤਾਂ ਕਿ ਪਬਲਿਕ ਜਿਹੜੀ ਹੈ ਪੈਨਿਕ ਹੀ ਨਾ ਹੋ ਜਾਏ। ਸੋ ਇਸ ਕਰਕੇ ਜਿਵੇਂ ਜਿਵੇਂ ਇਸ ਦੀ ਗ੍ਰੈਵਿਟੀ ਵਧੀ, ਤੇ ਉਸੇ ਤਰ੍ਹਾਂ ਹੀ ਸਰਕਾਰ ਨੇ ਆਪਣੇ ਉਪਰਾਲੇ ਜਿਹੜੇ ਨੇ ਵਧਾਏ ਨੇ, ਤੇ ਹੁਣ ਤੇ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਹੈ। ਜਾਪਾਨ ਦੇ ਵਿੱਚੋਂ ਜਾਂ ਦੂਸਰੇ ਕੰਟਰੀ ਦੇ ਵਿੱਚੋਂ ਕੋਈ ਵੀ ਇੰਟਰਨੈਸ਼ਨਲ ਏਅਰਪੋਰਟ ਤੇ ਜਦੋਂ ਪਹੁੰਚਦਾ ਤਾਂ ਉਸ ਨੂੰ ਪਹਿਲਾਂ ਚੈੱਕ ਕੀਤਾ ਜਾਂਦਾ, ਸਕਰੀਨ ਕੀਤਾ ਜਾਂਦਾ, ਜੇ ਉਸ 'ਚ ਥੋੜੇ ਜਿਹੇ ਵੀ ਲੱਛਣ ਪਾਏ ਜਾਣ
ਤਾਂ ਉਸ ਨੂੰ ਜਿਹੜਾ ਇਸ ਦਾ ਇਨਕੁਬੇਸ਼ਨ ਪੀਰੀਅਡ 14 ਦਿਨ ਹੁੰਦਾ ਉਸ ਤੋਂ ਡਬਲ ਕਰਕੇ 28 ਡੇਜ਼ ਵਾਸਤੇ ਉਹਨੂੰ ਕੁਆਰੰਟਾਈਨ ਕੀਤਾ ਜਾਂਦਾ। ਲਗਭਗ ਹਾਊਸ ਅਰੈਸਟ ਦੀ ਗੱਲ ਹੈ, ਉਸ ਨੂੰ ਹਰੇਕ ਇੰਟਰਨੈਸ਼ਨਲ ਏਅਰਪੋਰਟ ਤੇ ਹਰੇਕ ਕੰਟਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਥਾਵਾਂ ਬਣਾਈਆਂ ਗਈਆਂ ਜਿੱਥੇ ਕਿ ਇਸ ਤਰ੍ਹਾਂ ਦੇ ਬੰਦਿਆਂ ਨੂੰ ਰੱਖਿਆ ਜਾਂਦਾ, ਉਹਨਾਂ ਨੂੰ ਖਾਣ ਪੀਣ ਦਾ ਪੂਰਾ ਅਰੇਂਜਮੈਂਟ ਕੀਤਾ ਜਾਂਦਾ, 28 ਦਿਨਾਂ ਵਾਸਤੇ ਕੁਆਰੰਟਾਈਨ ਕੀਤਾ ਜਾਂਦਾ। ਸਰ ਅਸੀਂ ਮੰਨਦੇ ਹਾਂ ਕਿ ਚਾਈਨਾ ਨੂੰ ਇਸ ਵਾਇਰਸ ਨਾਲ ਲੜਦੇ ਹੋਏ ਘੱਟੋ ਘੱਟ 2-3 ਮਹੀਨੇ ਹੋ ਚੁੱਕੇ ਨੇ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਗਏ ਨੇ, ਫਿਰ ਪਹਿਲਾਂ ਹੀ ਸਰਕਾਰ ਨੇ ਕਦਮ ਕਿਉਂ ਨਹੀਂ ਚੁੱਕੇ ਇਸ ਵਾਇਰਸ ਨੂੰ ਰੋਕਣ ਦੇ ਲਈ ਕਿ ਇੰਡੀਆ ਇਹ ਵਾਇਰਸ ਨਾ ਆਵੇ? ਅੱਜ ਦੀ ਡੇਟ ਦੇ ਵਿੱਚ ਜੇਕਰ ਮੈਂ ਇੰਡੀਆ ਦੀ ਗੱਲ ਕਰਾਂ, ਅਰਾਊਂਡ ਬਹੁਤ ਸਾਰੇ ਮਰੀਜ਼ ਕੋਰੋਨਾ ਵਾਇਰਸ ਦੇ ਨਾਲ ਪੀੜਿਤ ਸਾਹਮਣੇ ਆ ਰਹੇ ਨੇ ਤੇ ਉਹ ਹੁਣ ਜਾ ਕੇ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਪੀੜਿਤ ਕਰ ਰਹੇ ਨੇ, ਤੁਸੀਂ ਕੀ ਕਹਿੰਦੇ? ਇਸ ਤਰ੍ਹਾਂ ਤੇ ਨਹੀਂ ਹੈਗਾ, ਹੁੰਦਾ ਕੀ ਹੈਗਾ ਜਦੋਂ ਕੋਈ ਬਿਮਾਰੀ ਦੁਨੀਆ ਦੇ ਵਿੱਚ ਫੈਲਦੀ ਹੈਗੀ ਹੈ ਤੇ ਅਸੀਂ ਸਭ ਤੋਂ ਪਹਿਲੇ ਤੇ ਇਹੀ ਆਪਣਾ ਫੋਰਨ ਟਰੈਵਲ ਹੀ ਹੈ ਜਿਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਉਹਦੇ ਵਿੱਚ ਮੇਰਾ ਖਿਆਲ ਨਹੀਂ ਹੈਗਾ ਕਿ ਆਪਣੀ ਸਰਕਾਰ ਨੇ ਕਦਮ ਨਹੀਂ ਚੁੱਕੇ, ਕਿਉਂਕਿ ਜਿੰਨੇ ਵੀ ਲੋਕਾਂ ਨੇ ਪਿਛਲੇ 1 ਮਹੀਨੇ ਦੇ ਵਿੱਚ, 2 ਮਹੀਨਿਆਂ ਦੇ ਵਿੱਚ ਜਾਂ 3 ਮਹੀਨਿਆਂ ਦੇ ਵਿੱਚ ਚਾਈਨਾ ਦਾ ਆਪਣਾ ਸਫ਼ਰ ਕੀਤਾ, ਉਹਨਾਂ ਦੀ ਸੈਗਰੀਗੇਸ਼ਨ ਹੋ ਗਈ ਹੈ ਤੇ ਜਿੰਨੇ ਵੀ ਲੋਕ ਆਪਣਾ, ਜਿੱਦਾਂ ਹੁਣ ਦੁਬਈ ਦੀ ਇੱਕ ਦੁਬਈ ਦਾ ਕੇਸ ਆਇਆ ਤਾਂ ਹੁਣ ਜਿੰਨੇ ਵੀ ਲੋਕ ਦੁਬਈ ਜਾ ਕੇ ਆਏ ਨੇ ਸਭ ਦੀ ਸਕਰੀਨਿੰਗ ਹੋ ਰਹੀ ਹੈ। ਤਾਂ ਇਸ ਤਰ੍ਹਾਂ ਨਹੀਂ ਹੈਗਾ ਕਿ ਸਰਕਾਰ ਨੇ ਕਦਮ ਨਹੀਂ ਚੁੱਕੇ, ਸਰਕਾਰ ਦਾ ਹੁਣ ਫਾਲੋ ਅਪ ਹੋ ਰਿਹਾ ਕਿ ਜਿਹੜੇ ਜਿਹੜੇ ਲੋਕ ਗਏ ਨੇ ਉਹਨਾਂ ਨੂੰ, ਉਹ ਲੋਕਾਂ ਨੂੰ ਆਪਾਂ ਲੱਭ ਕੇ ਉਹਨਾਂ ਨੂੰ ਕੁਆਰੰਟਾਈਨ ਕਰ ਰਹੇ ਹਾਂ, ਉਹਨਾਂ ਨੂੰ ਸਮਝਾ ਰਹੇ ਹਾਂ ਕਿ ਤੁਸੀਂ ਇੱਕ ਜਗ੍ਹਾ ਰਹੋ। ਔਰ ਇਹਦਾ ਫੈਲਣ ਦੇ ਵਿੱਚ ਤੁਸੀਂ ਕਿਹਾ ਨਾ ਕਿ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਹਾਂ, ਮੈਂ ਇਹ ਕਹਾਂਗਾ ਕਿ ਆਪਾਂ ਸਭ ਤੋਂ ਸੌਖਾ ਆਪਣਾ ਇਹਦਾ ਜਿਹੜਾ ਉਪਾਅ ਹੈਗਾ ਕਿ ਆਪਾਂ ਆਪਣੇ ਹੱਥ ਸਾਫ ਰੱਖਣੇ, ਹੱਥ ਸਾਫ ਰੱਖਣੇ ਆ, ਸਾਬਣ ਨਾਲ ਧੋਣੇ ਆ ਬਾਰ ਬਾਰ। ਇਸ ਤੋਂ ਇਲਾਵਾ ਅੱਜ ਕੱਲ ਅਲਕੋਹਲ ਬੇਸਡ ਆਪਣਾ ਜਿਹੜੇ ਸਪਰੇ ਨੇ ਜਾਂ ਸੈਨੇਟਾਈਜ਼ਰ ਆਉਂਦੇ ਨੇ ਤੇ ਆਪਾਂ ਇਹਨਾਂ ਨੂੰ ਯੂਜ਼ ਕਰਨਾ ਹੈਗਾ, ਔਰ ਬਾਰ ਬਾਰ ਆਪਾਂ ਆਪਣੀ ਅੱਖਾਂ ਨੂੰ ਜਾਂ ਆਪਾਂ ਆਪਣੇ ਮੂੰਹ ਦੇ ਵਿੱਚ ਹੱਥ ਨਹੀਂ ਪਾਉਣੇ। ਜਿੱਦਾਂ ਆਪਾਂ ਨੂੰ ਨੋਟ ਗਿਣਨ ਲੱਗੇ ਵੀ ਥੁੱਕ ਲਾਉਣ ਦੀ ਆਦਤ ਹੈ, ਇੱਦਾਂ ਦੀਆਂ ਆਦਤਾਂ ਆਪਾਂ ਨੂੰ ਛੱਡਣੀਆਂ ਪੈਣਗੀਆਂ, ਔਰ ਇਹ ਮਾਮੂਲੀ ਗੱਲਾਂ ਦੇ ਨਾਲ ਹੀ ਆਪਾਂ ਆਪਣੇ ਦੇਸ਼ 'ਚੋਂ ਇਹ ਬਿਮਾਰੀ ਨੂੰ ਦੂਰ ਰੱਖ ਸਕਦੇ ਹਾਂ। ਔਰ ਜਿਹਨੂੰ ਵੀ ਕੋਈ ਜ਼ੁਕਾਮ ਖਾਂਸੀ ਜਾਂ ਨਜ਼ਲਾ ਜਾਂ ਬਾਡੀ 'ਚ ਕੋਈ ਪੇਨਸ ਹੈਗੀਆਂ, ਉਹਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ, ਸਿਰਫ ਇੱਕੋ ਹੀ ਹੈਗਾ ਕਿ ਉਹ ਟੀਕੇ ਆਪਣੇ ਘਰੇ ਰਵੇ, ਔਰ ਕੋਈ ਡਾਕਟਰਾਂ ਕੋਲ ਵੀ ਭੱਜਣ ਦੀ ਲੋੜ ਨਹੀਂ ਹੈਗੀ। ਜਿੰਨੀ ਦੇਰ ਉਹਨੂੰ ਕੋਈ ਜ਼ਿਆਦਾ ਫੈਬਰਾਈਲ ਇਲਨੈਸ ਯਾਨੀ ਬੁਖਾਰ ਵਗੈਰਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਟੀਕੇ ਰਹਿਣਾ ਚਾਹੀਦਾ। ਔਰ ਇੱਕ ਸਭ ਤੋਂ ਵੱਡੀ ਗੱਲ ਹੁਣ ਜੋ ਇੱਕ ਮਾਰਕੀਟ ਦੇ ਵਿੱਚ ਆ ਰਹੀ ਹੈ ਕਿ ਇਸ ਟਾਈਮ ਆਪਣੇ ਫੇਸ ਮਾਸਕ ਜਿਹੜੇ ਨੇ ਇਹਨਾਂ ਦੀ ਸ਼ੋਰਟੇਜ ਕ੍ਰੀਏਟ ਹੋ ਗਈ ਹੈ, ਤਾਂ ਇਹਦੇ ਵਿੱਚ ਅਸੀਂ ਇੱਕ ਜ਼ਰੂਰ ਐਡ ਕਰਨਾ ਚਾਹਾਂਗੇ ਕਿ ਦੇਖੋ ਜਿਹੜੇ ਫੇਸ ਮਾਸਕ ਨੇ ਉਹ ਆਮ ਜਨਤਾ ਦੇ ਪਹਿਨਣ ਦੀ ਜ਼ਰੂਰਤ ਨਹੀਂ ਹੈ। ਜਿਹਨੂੰ ਬੁਖਾਰ ਹੈਗਾ ਜਾਂ ਜਿਹਨੂੰ ਵਾਇਰਲ ਫੀਵਰ ਦੇ ਜਾਂ ਵਾਇਰਲ ਇਲਨੈਸ ਦੇ ਕੋਈ ਲੱਛਣ ਹੈਗੇ ਨੇ ਉਹਨੇ ਫੇਸ ਮਾਸਕ ਪਾਉਣਾ ਹੈਗਾ, ਤਾਂ ਪਾਉਣਾ ਜੇ ਉਹਨੇ ਬਾਹਰ ਆਉਣਾ ਹੈਗਾ। ਜੇ ਅਗਰ ਉਹਨੇ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਕੁਆਰੰਟਾਈਨ ਕਰ ਲਿਆ ਹੈਗਾ ਤਾਂ ਉਹਨੇ ਕੋਈ ਮਾਸਕ ਨਹੀਂ ਪਾਉਣਾ ਹੈਗਾ, ਉਹਦੇ ਜਿਹੜੇ ਘਰ ਦੇ ਲੋਕ ਨੇ ਉਹ ਉੱਥੋਂ ਥੋੜ੍ਹਾ ਦੂਰ ਰਹਿਣਗੇ ਜਿੱਦਾਂ ਕੁਆਰੰਟਾਈਨ ਆਪਾਂ ਕੀਤਾ ਹੋਇਆ। ਤੇ ਜੇ ਉਹ ਬੰਦਾ ਇਕੱਲਾ ਹੈਗਾ ਉਹਨੂੰ ਮਾਰਕੀਟ ਦੇ ਵਿੱਚ ਫੂਡ ਲੈਣ ਜਾਂ ਕੋਈ ਚੀਜ਼ ਖਰੀਦਣ ਜਾਣਾ ਪੈਣਾ ਤਾਂ ਉਹਨੂੰ ਬਾਹਰ ਜਾਣ ਲੱਗੇ ਮਾਸਕ ਉਹਨੇ ਪਾਉਣਾ ਹੈਗਾ। ਜਿੱਦਾਂ ਆਪਾਂ ਜੇ ਆਪਾਂ ਇਹ ਸੋਚੀਏ ਕਿ ਸਾਰੀ ਜਨਤਾ ਮਾਸਕ ਪਾ ਕੇ ਘੁੰਮੇ ਤਾਂ ਇਹ ਇਹ ਠੀਕ ਨਹੀਂ ਹੈਗਾ, ਇਹਦੇ ਨਾਲ ਪੈਨਿਕ ਹੁੰਦਾ। ਔਰ ਸਰਕਾਰ ਦੀ ਵੀ ਇਹੀ ਅਪਰੋਚ ਹੁੰਦੀ ਹੈ ਕਿ ਪੈਨਿਕ ਨਾ ਹੋਣ, ਆਪਾਂ ਰਸਤਾ ਲੱਭਣਾ ਹੈਗਾ, ਆਪਾਂ ਘਬਰਾਉਣਾ ਨਹੀਂ ਹੈਗਾ। ਸੋ ਕੋਰੋਨਾ ਵਾਇਰਸ ਤੇ ਗੱਲਾਂ ਬਾਤਾਂ ਸਿਲਸਿਲੇ ਇਸੇ ਤਰ੍ਹਾਂ ਕੰਟੀਨਿਊ ਕਰਾਂਗੇ, ਬਟ ਤੁਹਾਡੇ ਇੱਕ ਮੈਨੂੰ ਵਰਡ ਤੋਂ ਨਾ ਬਹੁਤ ਕੁਐਸਚਨਸ ਮੇਰੇ ਮਾਈਂਡ ਦੇ ਵਿੱਚ ਆ ਗਏ ਆ, ਦੈਟ ਵਰਡ ਇਜ਼ ਅਲਕੋਹਲ ਜਿਹੜਾ ਤੁਸੀਂ ਯੂਜ਼ ਕੀਤਾ। ਕਿ ਅੱਜ ਕੱਲ ਗੱਲਾਂ ਬਾਤਾਂ ਤੇ ਸੋਸ਼ਲ ਮੀਡੀਆ ਤੇ ਵੀ ਮੈਂ ਕਹਾਂ ਤਾਂ ਬਹੁਤ ਕੁਝ ਆਇਆ ਹੋਇਆ, ਕਹਿੰਦੇ ਕਿ ਅਬ ਕੈਸਾ ਰੋਨਾ ਏਕ ਪੈਗ ਦੂਰ ਕਰੇਗਾ ਕੋਰੋਨਾ, ਗਾਂਜੇ ਕੇ ਕਸੇ ਕੋਰੋਨਾ ਵਾਇਰਸ ਕਾ ਸੰਕ੍ਰਮਣ ਹੋਗਾ ਠੀਕ, ਸ਼ਰਾਬ ਕਾ ਪੈਗ ਲਗਾਨੇ ਵਾਲੇ ਕੋ ਕਭੀ ਨਹੀਂ ਸਤਾਏਗਾ ਕੋਰੋਨਾ। ਇਸ ਤਰ੍ਹਾਂ ਦੇ ਜਿਹੜੇ ਕਿ ਮੀਮਸ ਹੈ ਜਿਹੜੀ ਮੈਂ ਗੱਲ ਕਰਾਂ ਉਹ ਬੜੀ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਹੇ ਨੇ, ਕੀ ਇਹ ਵਾਕਈ ਸਹੀ ਹੈ ਕਿ ਜਿਹੜਾ ਅਲਕੋਹਲਿਕ ਬੰਦਾ ਨੂੰ ਕੋਰੋਨਾ ਵਾਇਰਸ ਕੁਝ ਨਹੀਂ ਕਹੇਗਾ? ਨਹੀਂ ਨਹੀਂ, ਐਸਾ ਤੇ ਕੁਝ ਨਹੀਂ ਹੈਗਾ, ਕਿਉਂਕਿ ਜਿਹੜਾ ਅਸੀਂ ਐਜ਼ ਏ ਸੈਨੇਟਾਈਜ਼ਰ ਸੋਚਦੇ ਹਾਂ ਉਹ ਇਸ ਕਰਕੇ ਕਿਉਂਕਿ ਇਹ ਅਲਕੋਹਲ ਜਦੋਂ ਜਾਂ ਅਲਕੋਹਲ ਬੇਸਡ ਕੋਈ ਵੀ ਆਪਾਂ ਕੈਮੀਕਲ ਆਪਾਂ ਲਗਾਉਂਦੇ ਹਾਂ ਤਾਂ ਉਹਦਾ ਉਹ ਇਫੈਕਟ ਜਿਹੜਾ ਉਹ ਇਵੈਪੋਰੇਟ ਹੋ ਜਾਂਦਾ ਹੈ ਤੇ ਆਪਣੇ ਹੱਥ ਕਲੀਨ ਹੋ ਜਾਂਦੇ ਨੇ, ਤਾਂ ਮਤਲਬ ਉਹਦਾ ਰੈਜੀਡਿਊਲ ਇਫੈਕਟ ਨਹੀਂ ਹੈਗਾ। ਲੇਕਿਨ ਜੇ ਆਪਾਂ ਕਹੀਏ ਵੀ ਅਲਕੋਹਲ ਦੇ ਕੰਟੈਕਸਟ 'ਚ ਆ ਕੇ ਹੀ ਕੋਰੋਨਾ ਵਾਇਰਸ ਵੀ ਆਪਾਂ ਅਲਕੋਹਲ ਪੀਤੀ ਹੋਈ ਹੈ ਤੇ ਤਾਂ ਕਰਕੇ ਨਹੀਂ, ਇਸੇ ਤਰ੍ਹਾਂ ਇੱਕ WHO ਵੱਲੋਂ ਇੱਕ ਹੋਰ ਵੀ ਇੱਕ ਡਾਇਰੈਕਸ਼ਨ ਆਈ ਹੈ ਕਿ ਕੁਝ ਲੋਕ ਇਹ ਸੋਚ ਕੇ ਕਿ ਸ਼ਾਇਦ ਮੈਂ ਜੇ ਸਿਗਰਟ ਪੀ ਲਵਾਂ ਗਰਮ ਧੂੰਏ ਦੇ ਨਾਲ ਮੇਰਾ ਵਾਇਰਸ ਮਰ ਜਾਏ, ਬਿਲਕੁਲ ਬਿਲਕੁਲ ਵੀ ਆਪਾਂ ਸਮੋਕਿੰਗ ਨਹੀਂ ਕਰਨੀ, ਕੋਈ ਵੀ ਦਵਾਈ ਆਪਾਂ ਪ੍ਰੀਵੈਂਟਿਵ ਇਹਦੇ ਵਾਸਤੇ ਨਹੀਂ ਖਾਣੀ, ਔਰ ਕੋਈ ਵੀ ਆਪਣਾ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਐਂਟੀਬਾਇਓਟਿਕ
ਆਪਾਂ ਇਸਤੇਮਾਲ ਨਹੀਂ ਕਰਨਾ ਕਿਉਂਕਿ ਇਹ ਵਾਇਰਸ ਦੇ ਵਿੱਚ ਐਂਟੀਬਾਇਓਟਿਕ ਇਫੈਕਟਿਵ ਨਹੀਂ ਹੁੰਦਾ ਔਰ ਐਂਟੀਬਾਇਓਟਿਕ ਦੀ ਲੋੜ ਤਾਂ ਪੈਂਦੀ ਹੈ ਜੇ ਕੋਈ ਸੈਕੰਡਰੀ ਇਨਫੈਕਸ਼ਨ ਹੋਵੇ ਸੋ ਇਸੇ ਟੌਪਿਕ ਨੂੰ ਦੁਬਾਰਾ ਛੇੜਾਂਗੇ ਬਟ ਮੈਂ ਗੱਲ ਕਰਨਾ ਚਾਹਾਂਗੀ ਸਰ ਡਾਕਟਰ ਕੁਲਵੰਤ ਜੀ ਤੁਹਾਡੇ ਨਾਲ ਕੀ ਇਹ ਵਾਇਰਸ ਜਿਵੇਂ ਕਿ ਕਿਸੇ ਨੇ ਕੋਈ ਸੰਕ੍ਰਮਿਤ ਹੈ ਇਸ ਵਾਇਰਸ ਤੋਂ ਤੁਹਾਡੇ ਕੋਲ ਆ ਕੇ ਉਸਨੇ ਛਿੱਕ ਮਾਰੀ ਜਾਂ ਸਾਹ ਲਿਆ ਤੁਸੀਂ ਇਸ ਵਾਇਰਸ ਦੇ ਉਹਦੇ ਵਿੱਚ ਆ ਗਏ ਖਤਰੇ ਦੇ ਵਿੱਚ ਆ ਗਏ ਤੁਹਾਨੂੰ ਕਦੋਂ ਪਤਾ ਲੱਗੇਗਾ ਕਿੰਨੇ ਦਿਨਾਂ ਬਾਅਦ ਰੰਗ ਦਿਖਾਉਣੇ ਸ਼ੁਰੂ ਕਰੇਗਾ ਵਾਇਰਸ ਦੇਖੋ ਜਦ ਇਹ ਕਿਉਂਕਿ ਡ੍ਰੌਪਲੈਟ ਇਨਫੈਕਸ਼ਨ ਹੈ ਕੋਈ ਵੀ ਬੰਦਾ ਜਦ ਸਨੀਜ਼ ਕਰਦਾ ਜਾਂ ਖਾਂਸੀ ਕਰਦਾ ਜਾਂ ਉਹ ਇਕਦਮ ਨਜ਼ਲਾ ਉਹਨੂੰ ਹੁੰਦਾ ਜਦ ਉਹ ਸਪਿਟ ਕਰਦਾ ਇਹ ਤਕਰੀਬਨ 3-4 ਫੀਟ ਦੇ ਅੰਦਰ ਤੇ ਜੇ ਉਹਦੇ ਚ ਆ ਜਾਂਦਾ ਉਹਨੂੰ ਵੀ ਜਿਹੜਾ ਨੈਕਸਟ ਬੰਦਾ ਦੇ ਕੋਲ ਬੈਠਾ ਉਹਨੇ ਇਨਫੈਕਸ਼ਨ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈ ਅੱਛਾ ਉਹ ਅੱਗੇ ਉਹ ਡਿਪੈਂਡ ਕਰਦਾ ਇਨਫੈਕਸ਼ਨ ਉਹਨੂੰ ਹੋ ਗਈ ਤੇ ਉਸ ਤੋਂ ਬਾਅਦ ਉਹਦੀ ਆਪਣੀ ਇਮਿਊਨਿਟੀ ਕਿੰਨੀ ਹੈਗੀ ਹੈ ਠੀਕ ਉਹਦੀ ਓਲਡ ਏਜ ਹੈ ਯੰਗ ਬੋਆਏ ਹੈ ਜਦ ਉਹਨੂੰ ਉਹ ਇਨਫੈਕਸ਼ਨ ਹੋ ਜਾਂਦੀ ਫਿਰ ਉਹਨੂੰ ਬਾਡੀ ਏਕਸ ਫੀਵਰ ਨੱਕ ਚੋਂ ਪਾਣੀ ਗਲੇ ਚ ਇਨਫੈਕਸ਼ਨ ਔਰ ਕਈ ਵਾਰੀ ਟੱਟੀਆਂ ਵੀ ਲੱਗ ਜਾਂਦੀਆਂ ਤੇ ਉਹ ਰੈਸਪੀਰੇਟਰੀ ਸਿੰਪਟਮ ਵੀ ਆ ਜਾਂਦੇ ਇਹ ਫਿਰ ਪੇਸ਼ੈਂਟ ਨੂੰ ਇਹੋ ਜਿਹੀ ਬਿਮਾਰੀ ਹੋ ਜਾਂਦੀ ਹੈ ਜੀ ਸੋ ਡਾਕਟਰ ਵਿਕੇਸ਼ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਵਾਕਈ ਗੱਲ ਸਹੀ ਹੈ ਕਿ ਜਿਸ ਨੂੰ ਕੋਰੋਨਾ ਵਾਇਰਸ ਹੋ ਗਿਆ ਉਸ ਦੀ ਮਿੱਤਿਉ ਹੋਣਾ ਨਿਸ਼ਚਿਤ ਹੈ ਨਹੀਂ ਇਹ ਬਹੁਤ ਗਲਤ ਧਾਰਨਾ ਹੈ ਜੀ ਜਿਵੇਂ ਮੈਂ ਕਿਹਾ ਕਿ ਇਹ ਕੋਰੋਨਾ ਵਾਇਰਸ ਬਹੁਤ ਸਾਲਾਂ ਤੋਂ ਇਹ ਪ੍ਰੋਬਲਮ ਕ੍ਰੀਏਟ ਕਰ ਰਿਹਾ ਲੋਕਾਂ ਵਿੱਚ ਤੇ ਜਿਵੇਂ ਕਿ ਡਾਟਾ ਆਪਾਂ ਨੂੰ ਅਵੇਲੇਬਲ ਹੈ WHO ਤੋਂ CDC ਤੋਂ ਅਬਾਊਟ 20% ਕੇਸਿਸ ਵਿੱਚ ਇਹ ਸੀਰੀਅਸ ਇਲਨੈਸ ਦਾ ਰੂਪ ਲੈ ਸਕਦੀ ਹੈਗੀ ਹੈ ਤੇ ਇਹਦਾ ਇਹ ਵੀ ਮਤਲਬ ਨਹੀਂ ਹੈਗਾ ਵੀ ਜਿਹਨੂੰ ਸੀਰੀਅਸ ਇਲਨੈਸ ਹੋਊਗੀ ਉਹਨੇ ਉਹਦੀ ਮੌਤ ਹੋਣੀ ਹੋਣੀ ਹੈ ਜਿਵੇਂ ਓਨਲੀ 2-3% ਜਿਹੜੇ ਲੋਕ ਹੈਗੇ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਹੋਏਗੀ ਉਹਨਾਂ ਦੀ ਡੈਥ ਹੋ ਸਕਦੀ ਹੈ ਨਾਲੇ ਇਹ ਵੀ ਉਹੀ ਪੇਸ਼ੈਂਟ ਹੈਗੇ ਜਿਵੇਂ ਕਿ ਜਿਹਨਾਂ ਕੀ ਓਲਡ ਏਜ ਹੈਗੀ ਹੈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੇ ਜਿਵੇਂ ਕਿਸੇ ਨੂੰ ਫੇਫੜਿਆਂ ਦੀ ਬਿਮਾਰੀ ਹੈ ਕੋਈ ਹਾਰਟ ਪ੍ਰੋਬਲਮ ਹੈ ਸ਼ੂਗਰ ਤੇ ਸ਼ੂਗਰ ਦੀ ਹੋਗੀ ਜਾਂ ਕੋਈ ਹੋਰ ਕੋਈ ਕੈਂਸਰ ਵਗੈਰਾ ਹੈਗਾ ਸਭ ਤੋਂ ਪਹਿਲਾਂ ਵਾਇਰਸ ਆਪਣੀ ਬਾਡੀ ਦੇ ਵਿੱਚ ਜਾ ਕੇ ਕਿਹੜੇ ਪਾਰਟ ਨੂੰ ਇਫੈਕਟ ਕਰਦਾ ਇਹ ਸਭ ਤੋਂ ਪਹਿਲਾਂ ਆਪਣੇ ਸਾਹ ਦੇ ਰਸਤੇ ਜਾਂਦਾ ਜੀ ਜਿਵੇਂ ਨੱਕ ਹੋ ਗਿਆ ਗਲਾ ਹੋ ਗਿਆ ਜੇ ਇਨਫੈਕਸ਼ਨ ਨਾ ਕੰਟਰੋਲ ਹੋਵੇ ਇਮਿਊਨਿਟੀ ਘੱਟ ਹੋਵੇ ਫਿਰ ਸਰੀਰ ਦੇ ਦੂਜੇ ਹਿੱਸਿਆਂ 'ਚ ਜਾ ਸਕਦਾ ਮੋਸਟ ਕਾਮਨ ਜਿਹੜਾ ਆਰਗਨ ਬਾਡੀ ਆਰਗਨ ਜਿਹੜਾ ਇਫੈਕਟ ਹੁੰਦਾ ਉਹ ਫੇਫੜੇ ਹੁੰਦੇ ਨੇ ਫੇਫੜੇ ਹੁੰਦੇ ਆ ਤੇ ਜਦੋਂ ਫੇਫੜੇ ਹੀ ਕੰਮ ਕਰਨਾ ਬੰਦ ਕਰ ਜਾਣਗੇ ਤਾਂ ਮਿੱਤਿਉ ਬੰਦੇ ਦੀ ਹੋ ਹੀ ਸਕਦੀ ਹੈ ਜੀ ਸੋ ਚਾਈਨਾ ਦੇ ਵਿੱਚ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਕਿ ਸਾਹਮਣੇ ਆ ਜਿਨ੍ਹਾਂ ਦੀ ਡੈਥ ਹੋ ਗਈ ਹੈ ਇਵਨ ਚਾਈਨਾ ਆਪਣੇ ਆਪ ਨੂੰ ਸਿਕਿਉਰ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦਾ ਹੈ ਬਟ ਹਾਲੇ ਤੱਕ ਜਿਹੜੀ ਕਿ ਇਸਦੀ ਮੈਡੀਸਨ ਕੋਈ ਵੀ ਨਜ਼ਰ ਨਹੀਂ ਆਈ ਹੈ ਸੋ ਡਾਕਟਰ ਅਵਿਨਾਸ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕੁਝ ਘਰੇਲੂ ਦਵਾਈਆਂ ਵੀ ਨੇ ਕਹਿੰਦੇ ਕਿ ਜੇਕਰ ਤੁਸੀਂ ਉਹਨਾਂ ਦਾ ਆਪਣੇ ਆਇਆ ਵੀ ਹੈ ਕੰਟੈਕਟ ਕਿਸੇ ਦੇ ਨਾਲ ਤਾਂ ਉਹ ਸਾਹ ਦੇ ਰਸਤੇ ਨਹੀਂ ਜਾਏਗਾ ਤੇ ਉਹ ਪਾਣੀ ਦੇ ਨਾਲ ਹੀ ਈਸੋਫੇਗਸ ਚ ਆਪਣੀ ਰੋਟੀ ਵਾਲੀ ਨਾਲੀ ਚ ਚਲਾ ਜਾਏਗਾ ਜਿੱਥੇ ਕਿ ਐਸਿਡ ਬਣਦਾ ਰਹਿੰਦਾ ਪੇਟ ਉਸ ਤੋਂ ਇਲਾਵਾ ਤਾਂ ਸਿਮਟੋਮੈਟਿਕ ਟ੍ਰੀਟਮੈਂਟ ਹੀ ਹੈ ਜੇ ਬੁਖਾਰ ਹੈ ਤਾਂ ਬੁਖਾਰ ਦੀ ਗੋਲੀ ਖਾਈ ਜਾਵੇ ਸੋ ਡਾਕਟਰ ਦੀ ਵਿਸ਼ੇਸ਼ ਟੀਮ ਜਿਹੜੀ ਕਿ ਮੇਰੇ ਕੋਲ ਬੈਠੀ ਹੈ ਅੱਜ ਕੱਲ ਜੀ ਚੱਲ ਰਿਹਾ ਸੋਸ਼ਲ ਮੀਡੀਆ ਤੇ ਡਾਕਟਰ ਸਾਹਿਬ ਬਹੁਤ ਜ਼ਿਆਦਾ ਕਿ ਪਿਆਜ਼ ਦੇ ਉੱਪਰ ਤੁਸੀਂ ਨਮਕ ਲਗਾ ਕੇ ਖਾਓ ਉਸ ਤੋਂ ਅੱਧੇ ਘੰਟੇ ਬਾਅਦ ਤੁਸੀਂ ਪਾਣੀ ਦਾ ਗਲਾਸ ਜਿਹੜਾ ਪੀਣਾ ਤੇ ਜਿਸ ਦੀ ਵੀ ਬਾਡੀ ਇਸ ਵਾਇਰਸ ਤੋਂ ਇਨਫੈਕਟਿਡ ਹੈ ਉਹ ਠੀਕ ਹੋ ਜਾਏਗੀ ਕੀ ਇਹ ਸਹੀ ਹੈ ਇਹ ਬਿਲਕੁਲ ਸਹੀ ਨਹੀਂ ਹੈ ਇਹ ਸਾਰਾ ਮਿਸਨੋਮਰ ਹੈ ਇਹ ਤੇ ਨਹੀਂ ਜਾਣਾ ਚਾਹੀਦਾ ਇਹ ਬਿਲਕੁਲ ਕਲੀਅਰ ਹੈ ਇਹ ਵਾਇਰਲ ਡਿਜ਼ੀਜ਼ ਹੈ ਇਹ ਸਪਰੈਡ ਬਾਈ ਡ੍ਰੌਪਲੈਟ ਹੁੰਦੀ ਹੈ ਜਦ ਵੀ ਇਹ ਤੁਹਾਡੇ ਸਰੀਰ ਦੇ ਵਿੱਚ ਐਂਟਰ ਕਰੇਗੀ ਇਹ ਤੁਹਾਡੇ ਬਲੱਡ 'ਚ ਜਾਏਗੀ ਤੁਹਾਡੇ ਰੈਸਪੀਰੇਟਰੀ ਸਿਸਟਮ ਨੂੰ ਖਰਾਬ ਕਰੇਗੀ ਤੁਹਾਡੀ ਇਮਿਊਨਿਟੀ ਜੇ ਸਟਰੋਂਗ ਹੈ ਤੁਹਾਡੀ ਜਿਹੜੀ ਬਾਡੀ ਹੈ ਨਾ ਉਹ ਆਪ ਵੀ ਫਾਈਟ ਕਰਦੀ ਹੈ ਜਦ ਤੁਹਾਡੀ ਡਿਫਰੈਂਟ ਕਾਈਂਡ ਦੀ ਦੇਖੋ ਵਾਇਰਲ ਡਿਜ਼ੀਜ਼ ਹੁੰਦੀ ਹੈ ਨੋਰਮਲ ਬੰਦਾ 4-5 ਦਿਨਾਂ ਬਾਅਦ ਠੀਕ ਹੋ ਜਾਂਦਾ ਪਰ ਇਹ ਜਿਹੜੀ ਵਾਇਰਲ ਡਿਜ਼ੀਜ਼ ਇੰਨੀ ਤੇਜ਼ੀ ਨਾਲ ਸਪਰੈਡ ਹੋਈ ਹੈ ਔਰ ਇਹਦੀ ਜਿਹੜੀ ਮੋਰਟੈਲਿਟੀ ਹੈ ਇਫ ਯੂ ਕੰਪੇਅਰ ਵਿਦ ਅਦਰਸ ਵਾਇਰਲ ਡਿਜ਼ੀਜ਼ ਇੰਨੀ ਨਹੀਂ ਹੈਗੀ ਸੋ ਬੈਟਰ ਹੈ ਕਿ ਇਸ 'ਚ ਇੱਕੋ ਚੀਜ਼ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰੀਵੈਂਟ ਕਰੋ ਤੁਸੀਂ ਉਸ ਜਿਹੜਾ ਇਨਫੈਕਟਡ ਏਰੀਆ ਜਿਵੇਂ ਲੋਕੀ ਬਹੁਤ ਜ਼ਿਆਦਾ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਮੇਲੇ 'ਚ ਚਲੇ ਜਾਂਦੇ ਜਦ ਮੇਲੇ 'ਚ ਜਾਂਦੇ ਜਿੱਥੇ ਲੋਕੀ ਸਬਜ਼ੀ ਦੁਕਾਨਾਂ ਜਾਂ ਜਿੱਥੇ ਬਹੁਤ ਜ਼ਿਆਦਾ ਰਸ਼ ਹੈ ਉੱਥੇ ਜਾ ਕੇ ਜਦ ਕੋਈ ਖਾਂਸੀ ਕਰਦਾ ਹੈਗਾ ਉਹ ਜਿਹੜਾ ਬਾਕੀ ਦੇ ਬੰਦੇ ਨੂੰ ਇਨਵੋਲਵ ਕਰਦਾ ਹੈ
ਉੱਥੇ ਤੁਹਾਨੂੰ ਆਪਣੇ ਆਪ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈ। ਖਾਸ ਕਰ ਉਹ ਬੰਦਾ ਜਿਹੜਾ ਬਿਮਾਰ ਉਹ ਆਪ ਗਿਆ, ਉਹਨੂੰ ਲੋਕਾਂ ਬਾਰੇ ਸੋਚਣਾ ਚਾਹੀਦਾ ਕਿ ਵੀ ਮੈਂ ਨਾ ਜਾਵਾਂ, ਜੇ ਮੈਨੂੰ ਜ਼ਰੂਰਤ ਹੈ ਜਾਣ ਦੀ ਤਾਂ ਮਾਸਕ ਪਾ ਕੇ ਜਾਵਾਂ ਔਰ ਆਪਣੇ ਆਪ ਨੂੰ ਪ੍ਰੀਵੈਂਟ ਕਰਾਂ ਤੇ ਲੋਕਾਂ ਨੂੰ ਪ੍ਰੀਵੈਂਟ ਕਰਾਂ। ਜੀ ਲੋ ਜੀ, ਸੋਸ਼ਲ ਮੀਡੀਆ ਤੇ ਚੱਲ ਰਹੀ ਮੀਮਸ ਦੀਆਂ ਧਾਰਨਾ ਨੂੰ ਜਿਵੇਂ ਕਿ ਤੁਸੀਂ ਪਿਆਜ਼ ਤੇ ਨਮਕ ਲਾ ਕੇ ਖਾਓਗੇ ਤੇ ਵਾਇਰਸ ਤੁਹਾਡਾ ਠੀਕ ਹੋ ਜਾਏਗਾ, ਡਾਕਟਰ ਦੀ ਟੀਮ ਨੇ ਉਸਨੂੰ ਬਿਲਕੁਲ ਗਲਤ ਕਰਾਰ ਦਿੱਤਾ ਹੈ ਕਿ ਇਹ ਸਭ ਝੂਠੀਆਂ ਅਫਵਾਹਾਂ ਨੇ ਜਿਨ੍ਹਾਂ ਤੇ ਤੁਹਾਨੂੰ ਯਕੀਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਸ ਵਾਇਰਸ ਤੋਂ ਬਚਣਾ ਚਾਹੁੰਦੇ ਹੋ ਤਾਂ ਪ੍ਰੋਪਰਲੀ ਜੀ ਪ੍ਰੀਵੈਂਸ਼ਨ ਹੈ ਜਿਹੜੀ ਕਿ ਉਸਨੂੰ ਅਪਣਾਓ, ਸਿਪ ਸਿਪ ਕਰਕੇ ਗਰਮ ਪਾਣੀ ਦਾ ਗਲਾਸ ਹੈ ਤੁਸੀਂ ਉਹ ਪੀ ਸਕਦੇ ਹੋ ਜਿਵੇਂ ਕਿ ਡਾਕਟਰ ਅਵਿਨਾਸ਼ ਜੀ ਦੱਸਿਆ। ਆਪਣੇ ਹੱਥ ਸਾਫ ਰੱਖੋ, ਮੂੰਹ ਤੇ ਮਾਸਕ ਪਾ ਕੇ, ਪੈਨਿਕ ਕਰਨ ਦੀ ਲੋੜ ਨਹੀਂ ਹੈ, ਡਰਨ ਦੀ ਤੁਹਾਨੂੰ ਵੀ ਲੋੜ ਨਹੀਂ। ਮਾਸਕ ਉਹੀ ਬੰਦਾ ਪਾਵੇ ਜਿਸ ਨੂੰ ਲੱਗਦਾ ਕਿ ਉਸਨੂੰ ਬੁਖਾਰ ਆਈ ਜਾਂ ਵਾਇਰਸ ਦੇ ਉਹਨੂੰ ਕੁਝ ਸਿੰਪਟਮਸ ਨਜ਼ਰ ਆ ਰਹੇ ਨੇ। ਸੋ ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਗੱਲਬਾਤਾਂ ਦਾ ਸਿਲਸਿਲੇ ਇਸ ਤਰ੍ਹਾਂ ਕੰਟੀਨਿਊ ਕਰਾਂਗੀ, ਪਰ ਇੱਕ ਲਵਾਂਗੇ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਇਸੇ ਟੌਪਿਕ ਤੇ ਗੱਲਬਾਤ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਉਪਾਅ ਜਿਸ ਦੇ ਨਾਲ ਤੁਸੀਂ ਇਸ ਵਾਇਰਸ ਤੋਂ ਬਚ ਸਕਦੇ ਹੋ। अगर आपको शुगर है तो खांसी के दौरान ले सकते हैं 100% आयुर्वेदिक तुलसी युक्त मुल्तानी कुका कफ लिक्विड विद नो एडिड शुगर, और कोई साइड इफेक्ट भी नहीं। शक्ति है, सच्चे मन से प्रभु के चरणों में समर्पित होकर यदि कोई उन्हें पुकारता है तो उसकी पुकार कभी खाली नहीं जाती। वैभव, सम्मान, समृद्धि, आरोग्य और लक्ष्मी स्वयं उसके समक्ष हाजिर होती है। नमो अरिहंताण, नमो सिद्धाण, नमो आयरियाण, नमो उज्झायाण, नमो लोए सव साहु City Home fully air conditioned restaurant. Kitty Hall Banquet Hall fully air conditioned luxury rooms with 24-hour room service. 100% pure vegetarian food, special thali packing and free home delivery also available. Hotel City Home near Singla Wala Shivala Mandir, Ludhiana. Phone 9780463030। अगर आपको शुगर है तो खांसी के दौरान ले सकते हैं 100% आयुर्वेदिक तुलसी युक्त मुल्तानी कुका कफ लिक्विड विद नो एडिड शुगर, और कोई साइड इफेक्ट भी नहीं। किसी ट्रेड में महारत रखते हैं तो आपको चाहिए किसी कैनेडियन प्रोविंस की तरफ से सर्टिफिकेट ऑफ क्वालिफिकेशन या एक वैलिड जॉब ऑफर किसी कैनेडियन एम्प्लॉय से जो आपको दिलवा सकती है फैमिली पीआर। अधिक जानकारी के लिए संपर्क करें। कैनफर्ट वीजा एंड इमिग्रेशन सर्विसेज इज अ लाइसेंस रेगुलेटेड कैनेडियन इमिग्रेशन कंसल्टेंट। स्टडी वीजा, विजिटर वीजा या अदर इमिग्रेशन सर्विसेज के लिए आप हमें संपर्क कर सकते हैं। इमिग्रेशन सर्विसेज लुधियाना। आप हमें मिस कॉल या व्हाट्सएप भी कर सकते हैं 7330303033।
7330303303 या विजिट करें हमारी वेबसाइट www.cancer.ca पर। ਔਰ ਅਮਰੀਕਾ ਤਾਂ ਜਿੱਦਾਂ ਮਿਸਟਰ ਟਰੰਪ ਇੱਥੇ ਆਏ ਸੀਗੇ ਤਾਂ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ ਕਿ ਮੈਂ ਕੰਟਰੀ ਪਹਿਲਾਂ ਹੀ ਬੰਦ ਕਰ ਦਿੱਤਾ ਸੀਗਾ। ਇੰਡੀਆ ਵੀ ਬਹੁਤ ਵਿਜੀਲੈਂਟ ਸੀਗਾ ਕਿਉਂਕਿ ਆਪਾਂ ਜਿੰਨੇ ਵੀ ਆਪਣੇ ਲੋਕ ਵੁਹਾਨ ਦੇ ਵਿੱਚ ਇਨਵੋਲਵ ਸੀਗੇ, ਇਨਫੈਕਟਡ ਸੀ, ਉਹਨਾਂ ਨੂੰ ਆਪਾਂ ਇੰਡੀਆ ਦੇ ਵਿੱਚ ਇੱਕ ਤਾਂ ਇਵੈਕੂਏਟ ਕੀਤਾ। ਦੇਖੋ ਇਹ ਕਿੱਡੀ ਵੱਡੀ ਇੱਕ ਬਹੁਤ ਵੱਡੀ ਇੱਕ ਐਕਸਰਸਾਈਜ਼ ਸੀਗੀ ਔਰ ਉਹਨਾਂ ਲੋਕਾਂ ਨੂੰ ਆਪਾਂ ਕੁਆਰੰਟਾਈਨ ਕੀਤਾ। ਸੋ ਵੀ ਹੈਵ ਏ ਬੈਟਰ ਫੈਸਿਲਿਟੀ ਐਜ਼ ਫਾਰ ਐਜ਼ ਕੁਆਰੰਟਾਈਨ ਇਜ਼ ਕਨਸਰਨ। ITBP ਦੇ ਸ਼ਾਇਦ ਉਹਨਾਂ ਨੇ ਜਿਹੜੇ ਕੈਂਪਸ ਹੈਗੇ ਆ ਉਹਨਾਂ ਦੇ ਵਿੱਚ ਆਪਣੇ ਲੋਕਾਂ ਨੂੰ ਉਹਨਾਂ ਨੂੰ ਕੁਆਰੰਟਾਈਨ ਕੀਤਾ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਲਿਸਟਾਂ ਜਿਹਨਾਂ ਲੋਕਾਂ ਨੇ ਵੀ ਇਹ ਕੰਟਰੀਜ਼ ਜਿਹੜੇ ਆਪਣਾ ਚਾਹੇ ਜਪਾਨ ਹੋਵੇ, ਚਾਹੇ ਚਾਈਨਾ ਹੋਵੇ, ਚਾਹੇ ਹੁਣ ਦੁਬਈ ਵੀ ਹੋਵੇ, ਸਾਰੇ ਲੋਕਾਂ ਦੀਆਂ ਲਿਸਟਾਂ ਆ ਗਈਆਂ ਨੇ ਔਰ ਡਿਸਟ੍ਰਿਕਟ ਲੈਵਲ ਤੇ ਵੀ ਹੁਣ ਆਪਾਂ ਸੋਸ਼ਲ ਮੀਡੀਆ ਦੇ ਵਿੱਚ ਵੀ ਦੇਖਦੇ ਹਾਂ ਕਿ ਲੋਕਾਂ ਦੇ ਨਾਮ ਘੁੰਮ ਰਹੇ ਨੇ ਕਿ ਇਹਨਾਂ ਇਹਨਾਂ ਨੇ ਸਫ਼ਰ ਕੀਤਾ ਔਰ ਇਹਨਾਂ ਨੂੰ ਆਪਾਂ ਲੱਭ ਕੇ ਔਰ ਜਲਦੀ ਤੋਂ ਜਲਦੀ ਇਹਨਾਂ ਨੂੰ ਕੁਆਰੰਟਾਈਨ ਕਰਾਈਏ ਔਰ ਇਹਨਾਂ ਨੂੰ ਆਪਾਂ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਹੈਲਥ ਐਡਮਿਨਿਸਟ੍ਰੇਸ਼ਨ, ਉਹਨਾਂ ਦੇ ਸੰਪਰਕ 'ਚ ਲਿਆ ਕੇ ਔਰ ਉਹਨਾਂ ਨੂੰ ਆਪਾਂ ਸੈਗਰੀਗੇਟ ਕਰੀਏ ਔਰ ਜਿਹਦੇ ਵਿੱਚ ਕੋਈ ਸਿਮਟਮ ਹੈਗੇ ਨੇ ਉਹਦੇ ਉਹ ਟੈਸਟ ਡਾਕਟਰ ਅਵਿਨਾਸ਼ ਜਿੰਦਲ ਜੀ ਤੁਹਾਨੂੰ ਦੱਸ ਸਕਦੇ ਨੇ ਕਿ ਕਿੱਦਾਂ ਸਰਕਾਰ ਨੇ ਬੰਦੋਬਸਤ ਕੀਤਾ ਹੋਇਆ। ਜੀ, ਸਰਕਾਰਾਂ ਦੇ ਬੰਦੋਬਸਤ ਬਾਰੇ ਜਾਣਨਾ ਚਾਹੁੰਦੇ ਜੇ ਦਰਸ਼ਕ, ਆਖਿਰ ਇਸ ਦੇ ਟੈਸਟ ਕਰਵਾਉਣ ਲਈ ਸਾਨੂੰ ਕਿੱਥੇ ਜਾਣਾ ਪਏਗਾ, ਕਿਹੜੀ ਜਗ੍ਹਾ ਪ੍ਰੋਪਰ ਸਾਨੂੰ ਪਤਾ ਲੱਗੇਗਾ ਕਿ ਵਾਇਰਸ ਮੇਰੀ ਬਾਡੀ ਦੇ ਵਿੱਚ ਆ ਚੁੱਕਿਆ ਹੈ? ਜੇ ਆਪਾਂ ਲੁਧਿਆਣੇ ਸ਼ਹਿਰ ਦੀ ਗੱਲ ਕਰੀਏ ਤਾਂ ਸਿਵਲ ਸਰਜਨ ਲੁਧਿਆਣਾ ਡਾਕਟਰ ਰਜੇਸ਼ ਬੱਗਾ ਜੀ ਦੇ ਦੇਖ ਰੇਖ ਚ ਬਹੁਤ ਵਧੀਆ ਪ੍ਰਬੰਧ ਸਾਡੇ ਤਿਆਰ ਹੈ ਇੱਥੇ ਹਰ ਟਾਈਮ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਆਈਸੋਲੇਸ਼ਨ ਵਾਰਡਸ ਬਣਾਏ ਗਏ ਨੇ, ਵੈਂਟੀਲੇਟਰ ਦਾ ਅਰੇਂਜਮੈਂਟ ਕੀਤਾ ਗਿਆ ਤੇ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਵੀ 15 ਬੈੱਡ ਦਾ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ ਤੇ ਆਈਸੋਲੇਸ਼ਨ ਕਾਰਨਰ ਜਿੱਥੇ OPD ਦੇ ਵਿੱਚ ਜੇ ਕੋਈ ਪੇਸ਼ੈਂਟ ਸਸਪੈਕਟ ਹੁੰਦਾ ਤਾਂ ਉੱਥੇ ਬੈਠ ਕੇ ਉਸਦੀ ਹਿਸਟਰੀ ਦਿੱਤੀ ਜਾਂਦੀ ਹੈ ਤੇ ਉਸਦਾ ਥਰੋਟ ਸਵੈਬ ਜਿਹੜਾ ਟੈਸਟ ਉਹ ਭੇਜਿਆ ਜਾਂਦਾ ਕਲਚਰ ਵਾਸਤੇ। ਉਹਨੂੰ ਅਸੀਂ ਪ੍ਰੋਪਰਲੀ ਫ੍ਰੀ ਉਹਦੇ ਵਿੱਚ ਆਈਸ ਪੈਕਸ ਦੇ ਵਿੱਚ ਰੱਖ ਕੇ ਉਸਨੂੰ ਤੇ ਅਸੀਂ PCR ਟੈਸਟ ਜਿਹੜਾ ਇਸਦਾ ਹੈ ਉਹਦੇ ਲਈ ਪੂਨੇ ਲੈਬੋਰਟਰੀ ਦੇ ਵਿੱਚ ਭੇਜ ਰਹੇ ਹੈਗੇ ਆ ਤੇ ਉੱਥੇ ਤੋਂ ਇਹਦੇ ਟੈਸਟ 3 ਦਿਨਾਂ ਦੇ ਵਿੱਚ ਰਿਪੋਰਟ ਆ ਜਾਂਦੀ ਹੈ ਤੇ ਜੇ ਪੇਸ਼ੈਂਟ ਦੀ ਰਿਪੋਰਟ ਠੀਕ ਆਉਂਦੀ ਹੈ ਤਾਂ ਉਸਨੂੰ ਆਈਸੋਲੇਸ਼ਨ ਵਾਰਡ ਛੁੱਟੀ ਦੇ ਦਿੱਤੀ ਜਾਂਦੀ ਹੈ। ਜੀ, ਸੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜਾਣਕਾਰੀ ਦੇਣ ਦੇ ਲਈ। ਆਖਿਰ ਜੇਕਰ ਤੁਸੀਂ ਇਸ ਵਾਇਰਸ ਤੋਂ ਸੰਕ੍ਰਮਿਤ ਹੋ ਚੁੱਕੇ ਹੋ, ਵਾਇਰਸ ਤੁਹਾਨੂੰ ਲੱਗ ਰਿਹਾ ਕਿ ਮੇਰੀ ਬਾਡੀ ਦੇ ਵਿੱਚ ਐਂਟਰ ਕਰ ਚੁੱਕਿਆ ਸੀ, ਡਾਕਟਰ ਅਵਿਨਾਸ਼ ਨੇ ਜਾਣਕਾਰੀ ਪ੍ਰੋਪਰ ਦਿੱਤੀ ਹੈ ਕਿ ਤੁਹਾਨੂੰ ਕਿੱਥੇ ਜਾ ਕੇ ਆਪਣੇ ਟੈਸਟ ਹੈ ਜਿਹੜੇ ਕਿ ਕਰਵਾਉਣੇ ਚਾਹੀਦੇ ਤੇ ਸਰਕਾਰ ਵੱਲੋਂ ਕਿਵੇਂ ਦੇ ਬੰਦੋਬਸਤ ਇਸ ਵਾਇਰਸ ਨੂੰ ਲੈ ਕੇ ਕੀਤੇ ਗਏ ਨੇ। ਸੋ ਡਾਕਟਰ ਵਿਕੇਸ਼, ਨੈਕਸਟ ਕੁਐਸਚਨ ਜੀ ਮੇਰਾ ਤੁਹਾਡੇ ਤੋਂ ਹੈ। ਵਾਇਰਸ ਦੇ ਨਾਲ ਬਹੁਤ ਜ਼ਿਆਦਾ ਲੋਕ ਡਰ ਰਹੇ ਨੇ, ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਹੈ ਕਿ ਅਗਰ ਮੈਂ ਵਾਇਰਸ ਦੇ ਵਿੱਚ ਆ ਗਿਆ ਤਾਂ ਮੇਰੀ ਜਿਹੜੀ ਕਿ ਮੌਤ ਹੋ ਜਾਵੇਗੀ। ਸੋ ਇਸ ਨੂੰ ਲੈ ਕੇ ਕਈ ਲੋਕਾਂ ਨੇ ਆਪਣੀ ਟਰੈਵਲ ਤੱਕ ਰੋਕ ਦਿੱਤੀ ਹੈ, ਇਹ ਮਤਲਬ ਰੋਕ ਦੇਣੀ ਚਾਹੀਦੀ ਹੈ, ਕਿਤੇ ਸਫ਼ਰ ਨਹੀਂ ਕਰਨਾ ਚਾਹੀਦਾ ਅੱਜ ਦੀ ਡੇਟ ਦੇ ਵਿੱਚ? ਦੇਖੋ ਜੀ, ਐਜ਼ ਫਾਰ ਐਜ਼ ਟਰੈਵਲ ਇਜ਼ ਕਨਸਰਨਡ, ਇਹ ਨਹੀਂ ਹੈ ਕਿ ਆਪਾਂ ਟਰੈਵਲ ਨਹੀਂ ਕਰਨਾ ਹੈਗਾ, ਪਰ ਜਿਹੜੇ ਕੰਟਰੀ ਆਊਟਸਾਈਡ ਇੰਡੀਆ ਮੈਂ ਰਿਕਮੈਂਡ ਕਰਾਂਗਾ ਕਿ ਜੇ ਜ਼ਰੂਰੀ ਨਹੀਂ ਹੈਗਾ ਟਰੈਵਲ, ਐਮਰਜੈਂਸੀ ਨਹੀਂ ਹੈਗੀ ਤਾਂ ਆਈ ਥਿੰਕ ਫੋਰ ਦਾ ਟਾਈਮ ਬੀਂਗ ਜਦ ਤੱਕ ਆਪਾਂ ਇਹ ਵਾਇਰਸ ਨਹੀਂ ਕੰਟਰੋਲ ਕਰਦੇ ਪੋਸਟਪੋਨ ਕਰ ਦੇਣਾ ਚਾਹੀਦਾ ਹੈ, ਕਿਉਂਕਿ ਜੇ ਆਪਾਂ ਫ੍ਰੀਕੁਐਂਟਲੀ ਟਰੈਵਲ ਕਰਾਂਗੇ ਤਾਂ ਇਨਫੈਕਸ਼ਨ ਇੱਕ ਦੂਜੇ ਤੋਂ ਆਪਾਂ ਸਪਰੈਡ ਕਰ ਸਕਦੇ ਹਾਂ। ਸੋ ਐਜ਼ ਅ ਹਿਊਮੈਨੀਟੇਰੀਅਨ ਐਂਡ ਅਪਰੋਚ ਆਈ ਥਿੰਕ ਸਾਨੂੰ ਇਹ ਟਰੈਵਲ ਥੋੜ੍ਹਾ ਰਿਸਟ੍ਰਿਕਟ ਕਰਨਾ ਚਾਹੀਦਾ ਹੈ, ਸਪੈਸ਼ਲੀ ਆਊਟਸਾਈਡ ਇੰਡੀਆ। ਸੋ ਡਾਕਟਰ ਕੁਲਵੰਤ, ਨੈਕਸਟ ਕੁਐਸਚਨ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਬਹੁਤ ਸਾਰੇ ਇੱਦਾਂ ਦੇ ਵਾਇਰਸ ਸੀਗੇ ਜਿਹੜੇ ਕਿ ਮਾਸ ਮੱਛੀ ਤੋਂ ਹੁੰਦੇ ਸੀ, ਨਾਨ ਵੈਜ ਖਾਣ ਵਾਲਿਆਂ ਨੂੰ ਜਲਦੀ ਹੁੰਦੇ ਸੀ। ਸੋ ਮੰਨਿਆ ਇਹ ਵੀ ਜਾਂਦਾ ਕਿ ਕੋਰੋਨਾ ਵਾਇਰਸ ਹੈ, ਜਿਵੇਂ ਕਿ ਲੋਕਾਂ ਦਾ ਵਿੱਚ ਇਹ ਵੀ ਭਰਮਣ ਹੈ ਕਿ ਇਹ ਚਮਗਿੱਦੜ ਦੇ ਉਹਨਾਂ ਮਾਸ ਖਾਂਦੇ ਸੀ ਇਸ ਕਾਰਨ ਹੋਇਆ, ਜਿੰਦਾ ਮਤਲਬ ਚੂਹੇ ਖਾਂਦੇ ਸੀ ਇਸ ਕਰਕੇ ਹੋਇਆ, ਮਤਲਬ ਇਸ ਤਰ੍ਹਾਂ ਦੇ ਅਗਰ ਉਹ ਚੀਜ਼ਾਂ ਖਾ ਰਹੇ ਸੀ, ਦੈਟ ਇਜ਼ ਵਾਈ ਕਿ ਚਾਈਨਾ ਇਸ ਦੇ ਨਾਲ ਇਫੈਕਟਿਡ ਹੋਇਆ। ਕੀ ਤੁਹਾਨੂੰ ਲੱਗਦਾ ਕਿ ਇਹ ਬਿਲਕੁਲ ਸਹੀ ਹੈ?
ਦੇਖੋ ਇਹਦੇ WHO ਨੇ ਕੋਈ ਇਹਦੀ ਪੁਸ਼ਟੀ ਨਹੀਂ ਕੀਤੀ, ਇਹ ਤਾਂ ਨਹੀਂ ਕਿਹਾ ਹੈਗਾ, ਬਟ ਇਟ ਹੈਜ਼ ਬੀਨ ਸੀਨ, ਇਹ ਦੇਖਿਆ ਗਿਆ ਹੈ ਵੀ ਇਹ ਜਿਹੜੀ ਟਰਾਂਸਮਿਸ਼ਨ ਉਹ ਐਨੀਮਲ ਤੋਂ ਹੋਈ ਹੈ, ਚਾਹੇ ਉਹ ਲਾਈਵ ਐਨੀਮਲ ਹੋਏ, ਚਾਹੇ ਜਿਵੇਂ ਤੁਸੀਂ ਚਮਗਿੱਦੜ ਬਾਰੇ ਦੱਸਿਆ ਜਾਂ ਤੁਸੀਂ ਰੈਟ ਬਾਰੇ ਦੱਸਿਆ ਜਾਂ ਸਨੇਕ, ਉਹ ਕਿਉਂਕਿ ਜਿਹੜੇ ਚਾਈਨੀਜ਼ ਹੈ ਨਾਨ ਵੈਜ ਖਾਂਦੇ ਉਹ ਵੀ ਉਹ ਰਾਹ ਖਾਂਦੇ ਨੇ, ਸੀ ਫੂਡ ਖਾਂਦੇ ਨੇ, ਉਹਦੇ ਚਾਂਸਸ ਤਾਂ ਬਹੁਤ ਲੱਗਦੇ ਨੇ ਵੀ ਇਸ ਮੈਨ ਐਨੀਮਲ ਤੋਂ ਇਹ ਟਰਾਂਸਮਿਸ਼ਨ ਮੈਨ ਨੂੰ ਹੀ, ਦੈਨ ਜਦੋਂ ਮੈਨ ਟੂ ਮੈਨ ਜਿਹੜੀ ਅੱਗੇ ਪ੍ਰੋਬਲਮ ਹੋਈ ਹੈ ਉਹ ਮੈਨ ਟੂ ਮੈਨ ਨਾਲ ਟਰਾਂਸਮਿਸ਼ਨ ਹੋਈ ਬਿਕੋਜ਼ ਆਫ ਦਾ ਡ੍ਰੋਪਲੈਟ ਇਨਫੈਕਸ਼ਨ। ਇੱਕ ਵਾਰੀ ਜਦ ਐਨੀਮਲ ਨੇ ਟਰਾਂਸਮਿਟ ਕਰਤੀ ਬੰਦੇ ਚ, ਬੰਦੇ ਸਲਾਈਵਾ ਚ ਆ ਗਈ, ਬੰਦੇ ਸਲਾਈਵਾ ਚ ਆਉਣ ਦੇ ਬਾਵਜੂਦ ਜਦ ਇਹ ਡ੍ਰੋਪਲੈਟ ਇਨਫੈਕਸ਼ਨ, ਉਹਨੇ ਇਹਨੂੰ ਆਊਟ ਆਫ ਪ੍ਰਪੋਰਸ਼ਨ ਜਿਹੜਾ ਸਪਰੈਡ ਕੀਤਾ। ਜੀ, ਸੋ ਬਹੁਤ ਖਬਰਾਂ ਇਹ ਵੀ ਉੱਡ ਰਹੀਆਂ ਨੇ ਕਿ ਚਾਈਨਾ ਨੇ ਖੁਦ ਹੀ ਇਹ ਵਾਇਰਸ ਤਿਆਰ ਕੀਤਾ, ਕਿਸ ਹੱਦ ਤੱਕ ਇਹ ਖਬਰ ਸਹੀ ਹੈ ਸਰ? ਇਹਦੇ ਬਾਰੇ ਤੇ ਦੇਖੋ, ਇਹ ਤਾਂ ਹੁਣ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੁਣ ਤੱਕ ਆ ਵੀ ਜਾਂਦੀ, ਤੇ ਬਾਕੀ ਹੁਣ ਇਹ ਵੈਸੇ ਜੇ ਸੋਚਿਆ ਜਾਵੇ ਤਾਂ ਹੁਣ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਦਾ ਟਾਈਮ ਤੇ ਹੁਣ ਨਹੀਂ ਹੈਗਾ। ਹੁਣ ਤੇ ਆਪਾਂ ਨੂੰ ਇਹਦੀ ਰੈਮਡੀ ਔਰ ਇਹ ਤੋਂ ਪ੍ਰੀਵੈਂਸ਼ਨ ਵਾਸਤੇ ਆਪਾਂ ਕੀ ਕਰਨਾ ਹੈਗਾ, ਕਿਉਂਕਿ ਜਿਹੜੀ ਬਲੇਮ ਗੇਮ ਹੈ ਇਹ ਵਰਲਡ ਓਵਰ ਚੱਲਦੀ ਰਹੇਗੀ, ਔਰ ਚਾਈਨਾ ਕਿਉਂਕਿ ਇੱਕ ਕਲੋਜ਼ਡ ਜਿਹਾ ਕੰਟਰੀ ਹੈਗਾ, ਉਹਨੇ ਸ਼ਾਇਦ ਥੋੜੀ ਦੇਰ ਆਪਣੀ ਇਹ ਗੱਲ ਛੁਪਾਈ ਹੋਏਗੀ, ਜੇ ਨਹੀਂ ਵੀ ਕੀਤੀ ਤਾਂ ਛੁਪਾਈ ਤੇ ਹੈ ਹੀ ਹੈ, ਉਹਦੇ ਕਰਕੇ ਵਰਲਡ ਓਵਰ ਉਨੀ ਜਿਹੜੀ ਤਿਆਰੀ ਸੀਗੀ ਪ੍ਰੀਵੈਂਸ਼ਨ ਦੀ ਉਹ ਸ਼ਾਇਦ ਆਪਾਂ ਨਹੀਂ ਕਰ ਪਾਏ, ਅਗਰ ਚਾਈਨਾ ਥੋੜਾ ਓਪਨ ਹੁੰਦਾ ਤੇ ਆਪਾਂ ਉਹਦੀ ਤਿਆਰੀ ਬਿਹਤਰ ਤਰੀਕੇ ਨਾਲ ਕਰ ਸਕਦੇ। ਜੀ ਜੀ, ਕੁਝ ਲੋਕ ਇਹ ਵੀ ਸੋਚਦੇ ਨੇ ਚਾਈਨਾ ਨੇ ਇਸ ਵਾਇਰਸ ਦੀ ਦਵਾਈ ਹੈ ਜਿਹੜੀ ਕਿ ਪਹਿਲਾਂ ਹੀ ਤਿਆਰ ਕਰ ਲਈ ਹੈ, ਉਹ ਆਪਣੇ ਪਾਪੂਲੇਸ਼ਨ ਖਤਮ ਦੇ ਲਈ ਉਸਨੇ ਆਪਣੇ ਲੋਕਾਂ ਦੇ ਵਿੱਚ ਸਪਰੈਡ ਕੀਤਾ। ਨਹੀਂ, ਇਸ ਤਰ੍ਹਾਂ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਜਦੋਂ ਸ਼ੁਰੂ ਦੇ ਵਿੱਚ ਕੋਈ ਵਾਇਰਸ ਦੀ ਵਾਇਰਸ ਇਲਨੈਸ ਆਉਂਦੀ ਹੈ, ਪਹਿਲੇ ਤੇ ਆਪਾਂ ਇੱਦਾਂ ਹੀ ਸੋਚਦੇ ਆਮ ਜੁਕਾਮ ਖਾਂਸੀ ਬੁਖਾਰ ਸੀਗਾ, ਲੇਕਿਨ ਜਦੋਂ ਹੀ ਉਹਦੇ ਨਾਲ ਕੋਈ ਡੈਡਲੀ ਸਿਮਟਮ ਜਿੱਦਾਂ ਕੋਈ ਚੈਸਟ ਬਲੌਕ ਹੋ ਗਈ ਜਾਂ ਨਮੂਨੀਆ ਹੋ ਗਿਆ ਜਾਂ ਸਵੀਅਰ ਯਾਨੀ ਰੈਸਪੀਰੇਟਰੀ ਡਿਸਟ੍ਰੈਸ ਹੋ ਗਈ, ਤਾਂ ਜਦੋਂ ਉਹ ਚੀਜ਼ਾਂ ਕਾਮਨਲੀ ਹੋਰ ਪੇਸ਼ੈਂਟਾਂ ਦੇ ਵਿੱਚ ਵੀ ਦੇਖੀਆਂ ਜਾਂਦੀਆਂ ਨੇ, ਫਿਰ ਉਹ ਲੱਗਦਾ ਕਿ ਕੋਈ ਨਵੀਂ ਚੀਜ਼ ਹੈਗੀ ਹੈ, ਤਾਂ ਉਹ ਜਿਹੜੇ ਡਾਕਟਰ ਦੀ ਡੈਥ ਹੋਈ ਹੈ ਉਹ ਸ਼ੁਰੂ 'ਚ ਹੀ ਉਹ ਲੋਕਾਂ ਦੇ ਸੰਪਰਕ ਦੇ ਵਿੱਚ ਸੀਗਾ, ਉੱਥੋਂ ਉਹਨੇ ਹੀ ਡਾਊਟ ਕੀਤਾ ਕਿ ਇਹ ਬਿਮਾਰੀ ਕੁਛ ਨਵੀਂ ਹੈਗੀ ਹੈ, ਸ਼ਾਇਦ ਉਦੋਂ ਜਿਹੜੇ ਕਲਚਰ ਹੋਏ ਉਹਨਾਂ ਦੇ ਵਿੱਚ ਕੋਰੋਨਾ ਵਾਇਰਸ, ਕਿਉਂਕਿ ਪਹਿਲੇ ਆਪਾਂ ਨੂੰ ਪਤਾ ਹੀ ਸੀਗਾ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਤਾਂ ਕੋਰੋਨਾ ਵਾਇਰਸ ਐਗਰੀਗੇਟ ਹੋ ਗਿਆ ਕਿ ਹਾਂ ਇਹ ਕੋਰੋਨਾ ਵਾਇਰਸ ਇਨਫੈਕਸ਼ਨ ਹੈ, ਲੇਕਿਨ ਇਹ ਡਿਫਰੈਂਟ ਹੈਗਾ, ਇਸੀ ਕਰਕੇ WHO ਨੇ ਇਹਨੂੰ ਡਿਫਰੈਂਟ ਨਾਮ ਦਿੱਤਾ। ਜੀ ਬਿਲਕੁਲ, ਸੋ ਡਾਕਟਰ ਜੀ ਟੀਮ ਇਹ ਵੀ ਮੰਨਣਾ ਕਿ ਕਿਤੇ ਲੋਕਾਂ ਦੀ ਇਹ ਵੀ ਭਰਮਣ ਹੈ ਕਿ ਲੋਕਾਂ ਨੂੰ ਵੈਸੇ ਹੀ ਮੋਬਾਈਲ ਨੇ ਇਕੱਲਾ ਕਰ ਦਿੱਤਾ ਸੀ, ਰਿਸ਼ਤੇਦਾਰਾਂ ਤੋਂ ਦੂਰ ਕਰ ਦਿੱਤਾ ਸੀ, ਰਿਲੇਟਿਵਸ ਤੋਂ ਦੂਰ ਕਰ ਦਿੱਤਾ ਸੀ, ਹੁਣ ਦੂਸਰਾ ਆ ਗਿਆ ਜੀ ਕੋਰੋਨਾ ਵਾਇਰਸ, ਸੋ ਇਹ ਵੀ ਲੱਗਦਾ ਕਿ ਹੁਣ ਦੂਰ ਦੂਰ ਰਹਿਣਾ ਹੀ ਬਸ ਠੀਕ ਹੈ, ਦੂਰੋਂ ਹੀ ਸਤਿ ਸ਼੍ਰੀ ਅਕਾਲ ਨਮਸਕਾਰ ਕੀਤੀ ਜਾ ਸਕਦੀ ਹੈ। ਸੋ ਸਰ ਇਹ ਵੀ ਮਾਨਤਾ ਮੰਨੀ ਜਾ ਰਹੀ ਹੈ ਕਿ ਗਰਮ ਪਾਣੀ ਪੀਣ ਦੇ ਨਾਲ, ਗਰਮ ਖਾਣਾ ਖਾਣ ਦੇ ਨਾਲ, ਇਵਨ ਕਿ ਆਪਣੀ ਬਾਡੀ ਨੂੰ ਗਰਮ ਰੱਖਣ ਦੇ ਨਾਲ ਇਹ ਬਾਡੀ ਤੁਹਾਡੀ ਇਹ ਵਾਇਰਸ ਤੁਹਾਡੀ ਬਾਡੀ ਚ ਨਹੀਂ ਆਉਂਦਾ, ਤੇ ਇਹ ਵੀ ਮੰਨਿਆ ਜਾ ਰਿਹਾ ਕਿ ਆਉਣ ਵਾਲੇ 2 ਮਹੀਨਿਆਂ ਤੱਕ ਜਿਉਂ ਜਿਉਂ ਗਰਮੀ ਵੱਧਦੀ ਜਾਏਗੀ ਵਾਇਰਸ ਖਤਮ ਹੁੰਦਾ ਜਾਏਗਾ। ਹਾਂ ਇਹ ਬਿਲਕੁਲ ਠੀਕ ਹੈ, ਵਾਇਰਲ ਡਿਜ਼ੀਜ਼ ਸਾਰੀਆਂ ਨਾਲ ਹੀ ਟੈਂਪਰੇਚਰ 28 ਡਿਗਰੀ ਜਾਂ 29 ਡਿਗਰੀ ਦਾ ਜਦੋਂ ਟੈਂਪਰੇਚਰ ਹੋ ਜਾਂਦਾ ਤਾਂ ਇਹ ਵਾਇਰਲ ਡਿਜ਼ੀਜ਼ ਖਤਮ ਹੋ ਜਾਂਦੀਆਂ ਨੇ, ਜਾਣ ਵਾਲੇ ਦਿਨਾਂ ਜਿਵੇਂ ਟੈਂਪਰੇਚਰ ਹੁਣ ਵੱਧ ਰਿਹਾ ਤੇ ਪੂਰੀ ਉਮੀਦ ਹੈ ਇਹ ਖਤਮ ਹੋ ਜਾਏਗੀ। ਜੀ, ਵਾਇਰਸ ਤੇ ਟੈਂਪਰੇਚਰ ਦੋਨਾਂ ਦਾ ਕੀ ਕੰਬੀਨੇਸ਼ਨ ਹੈ? ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਦਾਂ ਹੁਣ ਇੱਕ ਕੇਸ ਆਪਾਂ ਨੂੰ ਦੁਬਈ ਤੋਂ ਮਿਲਿਆ ਤੇ ਦੁਬਈ ਦਾ ਟੈਂਪਰੇਚਰ ਜ਼ਿਆਦਾ ਰਹਿੰਦਾ, ਸੋ ਮੈਨੂੰ ਇਦਾਂ ਲੱਗਦਾ ਜੇ ਇਹ ਗੱਲ ਹੁੰਦੀ ਜਿੱਦਾਂ ਆਪਣੇ ਡੇਂਗੂ ਵਾਇਰਸ ਆਉਂਦਾ ਹੈ, ਇਨਫੈਕਸ਼ਨ ਆਉਂਦੀ ਹੈ, ਉਹ ਚੇਂਜ ਆਫ ਸੀਜ਼ਨ ਦੇ ਨਾਲ ਖਤਮ ਹੋ ਜਾਂਦਾ। ਚਾਈਨਾ ਦੇ ਵਿੱਚ ਦਸੰਬਰ ਤੋਂ ਇਹ ਫੈਲਿਆ ਹੋਇਆ, ਮਾਰਚ ਹੋ ਗਿਆ, ਤਾਂ ਜੇ ਇਹ ਡਾਈ ਡਾਊਨ ਹੋਣਾ ਹੁੰਦਾ ਇਹ ਚਾਈਨਾ ਦੇ ਵਿੱਚ ਵੀ ਡਾਈ ਡਾਊਨ ਹੋ ਜਾਂਦਾ, ਇਹ ਹੁਣ ਜਿਹੜਾ ਸਪਰੈਡ ਹੋ ਗਿਆ ਇਹ ਇੱਕ ਨਵੀਂ ਡਾਇਮੈਂਸ਼ਨ ਹੈ ਜਿਹਦੇ ਕਰਕੇ ਹੁਣ ਆਪਣੀਆਂ ਸਰਕਾਰਾਂ ਬਹੁਤ ਹਾਈਪਰ ਐਕਟਿਵ ਹੋਈਆਂ, ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਹੁਣ ਆਪਾਂ ਨੂੰ ਇਹਦੇ ਉੱਤੇ ਇਹ ਸੈਲਫ ਲਿਮਿਟਿੰਗ ਹੋਊਗਾ, ਇਹ ਬਾਰੇ ਵਿਚਾਰ ਆਪਾਂ ਬਾਅਦ ਚ ਕਰਾਂਗੇ, ਆਪਾਂ ਤਿਆਰੀ ਪਹਿਲੇ ਕਰੀਏ। ਤਿਆਰੀ ਪਹਿਲਾਂ ਕਰੀਏ, ਬਿਲਕੁਲ ਸਹੀ ਜੀ। ਡਾਕਟਰ ਵਿਕੇਸ਼ ਤੁਸੀਂ ਮਤਲਬ ਸਪੈਸ਼ਲਿਸਟ ਹੋ ਇਸ ਚੀਜ਼ ਦੇ, ਦਾ ਆਯੂਸ਼ ਮਿਨਿਸਟਰੀ ਆਫ ਇੰਡੀਆ ਹੈ ਸੁਜੈਸਟਡ ਦੈਟ ਕੋਰੋਨਾ ਪੇਸ਼ੈਂਟ ਸ਼ੁੱਡ ਟੇਕ ਦਾ ਐਰਿਸਕਮ ਐਲਬਮ 30 ਦੈਟ ਇਜ਼ ਹੋਮੋਪੈਥਿਕ ਮੈਡੀਸਿਨ, ਇਜ਼ ਇਟ ਰਾਈਟ ਮੈਡੀਸਿਨ? ਦੇਖੋ ਜੇ ਉਹ ਹਾਂ ਪ੍ਰੀਵੈਂਸ਼ਨ ਬੈਸਟ ਹੈ ਐਸ ਫਾਰ ਐਸ ਦਾ ਗਾਈਡਲਾਈਨਸ ਜੇ ਆਪਾਂ ਕਹੀਏ ਫਰੋਮ ਚਾਈਨਾ ਜਾਂ WHO ਜਿਹੜੀਆਂ ਕਿ ਮੰਨੀਆਂ ਪਰਮੰਨੀਆਂ ਇੰਸਟੀਟਿਊਸ਼ਨਸ ਹੈਗੀਆਂ ਦਵਾਈਆਂ ਰੈਕਮੈਂਡ ਕਰਨ ਵਾਸਤੇ, ਉਹਨਾਂ ਵੱਲੋਂ ਇਹ ਜਿਹੜੀਆਂ ਦੇਸੀ ਦਵਾਈਆਂ ਜਾਂ ਆਯੁਰਵੈਦਿਕ ਹੋਮਿਓਪੈਥੀ ਆਲਟਰਨੇਟਿਵ ਮੈਡੀਸਨ ਵੱਲੋਂ ਕੋਈ ਰੈਕਮੈਂਡੇਸ਼ਨਸ ਨਹੀਂ ਹੈਗੀਆਂ, ਬਟ ਜੇ ਮੈਡੀਸਨ ਜਿਵੇਂ ਹੁਣ ਡੇਂਗੂ ਲਈ ਵੀ ਆਪਾਂ ਐਗਜ਼ਾਮਪਲ ਲਈਏ, ਈਵਨ ਇੰਟਰਨੈਸ਼ਨਲ ਸੋਸਾਇਟੀਜ਼ ਵੱਲੋਂ ਕੋਈ ਇੱਦਾਂ ਦੀਆਂ ਦਵਾਈਆਂ ਕੋਈ
मान्यता नहीं रख दिया है बट आप इंडिया च बहुत सारी जिम्मे होम्योपैथिक दवाइयां है जानकारी चाहिए थी कोई ऐसी मेडिसिन तैयार की थी है जी मिनिस्ट्री ने जिस दे नाल असी इस तो बचा कर सकते हैं। आज दी डेट च कोई मेडिसिन नहीं हैगी जिम्मे स्वाइन फ्लू लिया अपने को टैमीफ्लू हैगी है, एंटीवायरल ड्रग हैगी है बट जिहड़ी अपना कोरोना वायरस वास्ते अज दी डेट च कोई ऐसी मेडिसिन नहीं जिहड़ी के इहनू इलनेस नू घटा सके जी। कोरोना वायरस तो बचा दे लई हुण तक डॉक्टर्स दा कहना है कि कोई भी मेडिसिन जिहड़ी कि नहीं बनी है वैक्सीन भी नहीं वैक्सीन भी नहीं है फिटनेस वैक्सीनेशन भी कोई भी वैक्सीन जी फिटनेस जिहड़ी हैगी है अपनी अपन फिटनेस बना के रखनी चाहिए है। असी असी हर बीमारी दे लोग असी पेशेंट नू जिन्ने भी डायबिटिक पेशेंट है उन्हां नू असी हाइपर जिहड़े हाइपरटेंसिव है जिहड़े हार्ट अटैक दे पेशेंट है असी हरेक नू कहने है कि तुसी अपनी बॉडी नू एक्टिवेट रखो एज रिलेटेड जिहड़े भी चैलेंजेस है उन्हां नू फेस करने वास्ते आपां अपनी बॉडी नू काबल रखना है। ਹੁਣ ਹੁੰਦਾ ਕੀ ਹੈ ਕਿ ਆਪਾਂ ਅਗਰ ਆਪਾਂ 60-65 ਸਾਲ ਦੀ ਉਮਰ ਆਪਣੀ ਹੈਗੀ ਹੈ ਤਾਂ ਆਪਾਂ ਫਿਜ਼ੀਕਲੀ ਅਗਰ ਆਪਾਂ ਫਿੱਟ ਹੈਗੇ ਹਾਂ ਤਾਂ ਆਪਾਂ ਨੂੰ 65 ਸਾਲ ਵਾਲੀ ਬਿਮਾਰੀ ਵੀ ਕੁਝ ਨਹੀਂ ਕਹੇਗੀ। ਇਸੇ ਤਰ੍ਹਾਂ ਇਹ ਵਾਇਰਸ ਦਾ ਹੈਗਾ ਇਹ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਵਿੱਚ ਇਮਿਊਨਿਟੀ ਬਹੁਤ ਅੱਛੀ ਹੁੰਦੀ ਹੈ ਜਿਹੜੇ ਬੱਚਿਆਂ ਦੀ ਆਊਟਿੰਗ ਐਕਸਰਸਾਈਜ਼ ਅੱਛੀਆਂ ਨੇ ਯੰਗ ਏਜ ਹੈ ਉਹਨਾਂ ਨੂੰ ਇਹ ਵਾਇਰਸ ਕੁਝ ਨਹੀਂ ਕਹਿਣ ਲੱਗਾ। ਸਿਰਫ ਉਹ ਲੋਕ ਜਿਹੜੇ ਆਪਣਾ ਜਿਨ੍ਹਾਂ ਦਾ ਫਿਜ਼ੀਕਲ ਜੋ ਆਪਾਂ ਕਹੀਏ ਵੀ ਆਪਣਾ ਸਟੈਮਿਨਾ ਨਹੀਂ ਹੈਗਾ ਜਿਨ੍ਹਾਂ ਦੇ ਵਿੱਚ ਬਿਮਾਰੀ ਨੂੰ ਰੋਕਣ ਦੀ ਸ਼ਕਤੀ ਖਤਮ ਹੋ ਗਈ ਹੈ ਜਿਹੜੇ ਢਿੱਲੇ ਢਾਲੇ ਔਰ ਨਿਠੱਲੇ ਲੋਕ ਨੇ ਉਹਨਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਮਾਰਕ ਸਮਰੱਥਾ ਰੱਖਦੀ ਹੈ। ਸੋ ਡਾਕਟਰ ਦੀ ਟੀਮ ਦਾ ਕਹਿਣਾ ਕਿ ਐਕਸਰਸਾਈਜ਼ ਪ੍ਰੋਪਰ ਕੀਤੀ ਚਾਹੀਦੀ ਹੈ ਇਮਿਊਨਿਟੀ ਜਿਹੜੀ ਕਿ ਆਪਣੀ ਸਟਰੋਂਗ ਰੱਖਣੀ ਚਾਹੀਦੀ ਹੈ ਗਰਮ ਪਾਣੀ ਸਿਪ ਸਿਪ ਕਰਕੇ ਤੁਸੀਂ ਪੀਓ ਤੇ ਕੁਝ ਘਰੇਲੂ ਜਿਹੜੇ ਉਪਾਅ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਉਹ ਤੁਸੀਂ ਨਾਲ ਦੀ ਨਾਲ ਕਰਦੇ ਰਹੋ ਤੇ ਇਹ ਸਭ ਤੋਂ ਵੱਡਾ ਹੱਥ ਸਾਫ਼ ਰੱਖੋ ਹੱਥ ਸਾਫ਼ ਰੱਖੋ ਜੀ ਡਾਕਟਰਸ ਬਾਰ ਬਾਰ ਕਹਿ ਰਹੇ ਨੇ ਆਪਣੇ ਹੱਥ ਸਾਫ਼ ਰੱਖੋ ਅਤੇ ਕਿਸੇ ਦੇ ਕੋਲ ਜ਼ਿਆਦਾ ਨਜ਼ਦੀਕ ਹੋ ਕੇ ਬੈਠਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਸੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਡਾਕਟਰਸ ਦੀ ਟੀਮ ਦਾ ਇਹ ਕਹਿਣਾ। ਸੋ ਡਾਕਟਰਸ ਦੀ ਟੀਮ ਪੈਟ ਲਵਰ ਅੱਜ ਕੱਲ ਹਰੇਕ ਕੋਈ ਪੈਟ ਲਵਰ ਹੈ ਹਰੇਕ ਨੇ ਘਰ ਦੇ ਵਿੱਚ ਜੀ ਡੌਗ ਕੈਟ ਜਾਂ ਆਪਣੇ ਪਸੰਦ ਦਾ ਜਿਹੜੇ ਕਿ ਜਾਨਵਰ ਪਾਲੇ ਹੋਏ ਨੇ। ਸੋ ਕੀ ਜਾਨਵਰ ਇਸ ਬਿਮਾਰੀ ਦੇ ਨਾਲ ਸੰਕ੍ਰਮਿਤ ਹੋ ਸਕਦੇ ਨੇ? ਦੇਖੋ ਨਾਰਮਲੀ ਤਾਂ ਇੱਦਾਂ ਨਹੀਂ ਹੁੰਦਾ ਹੈਗਾ ਪਰ ਕਿਉਂਕਿ ਇਹ ਡਿਜ਼ੀਜ਼ ਜਿਹੜੀ ਪਹਿਲਾਂ ਸਪਰੈਡ ਨਹੀਂ ਸੀ ਆਮ ਜਨਰਲ ਪਾਪੂਲੇਸ਼ਨ ਦੇ ਵਿੱਚ ਜੀ ਹੋ ਸਕਦਾ ਤੁਹਾਡਾ ਪੈਟ ਕਿਤੇ ਬਾਹਰ ਗਿਆ ਹੋਵੇ ਉੱਤੇ ਕਿਸੇ ਨੇ ਇਨਫੈਕਸ਼ਨ ਹੋਈ ਹੈ ਤੇ ਉਹਨੂੰ ਇਨਫੈਕਸ਼ਨ ਹੋ ਜਾਏ ਜੀ ਤੁਸੀਂ ਉਹਨੂੰ ਟੱਚ ਕਰੋਗੇ ਤਾਂ ਪ੍ਰੋਬਲਮ ਆਏਗੀ ਜੀ। ਸੋ ਜਿਹੜੇ ਤੁਹਾਡੇ ਪੈਟਸ ਹੈ ਉਹਨਾਂ ਟੇਕ ਕੇਅਰ ਕਰੋ ਔਰ ਆਪਣੇ ਆਪ ਉਹਨਾਂ ਤੋਂ ਬਚਾ ਕੇ ਰੱਖੋ ਜੀ। ਉਹਨਾਂ ਨੂੰ ਜੇ ਉਹਨਾਂ ਨੂੰ ਥੋੜ੍ਹੀ ਬਹੁਤੀ ਤਕਲੀਫ ਲੱਗਦੀ ਹੈ ਪੈਟਸ ਨੂੰ ਵੀ ਜੇ ਉਹਨਾਂ ਨੂੰ ਫੀਵਰ ਹੈ ਥੋੜ੍ਹਾ ਬਹੁਤ ਲਥਾਰਜੀ ਹੁੰਦੀ ਹੈ ਇਹ ਵੀ ਪਤਾ ਲੱਗ ਜਾਂਦਾ ਹੈ ਤਾਂ ਉਹਨਾਂ ਨੂੰ ਆਪਣੇ ਆਈਸੋਲੇਟ ਕਰੇ ਤੇ ਥੋੜ੍ਹਾ ਜਿਹਾ ਬਚਾਅ ਜ਼ਰੂਰ ਰੱਖਣਾ ਚਾਹੀਦਾ। ਹਾਲਾਂਕਿ ਇਹਦਾ ਕੋਈ ਕੰਕਰੀਟ ਓਪੀਨੀਅਨ ਨਹੀਂ ਹੈਗਾ ਕਿਉਂਕਿ ਇਹ ਜਿਹੜੀ ਵਾਇਰਲ ਡਿਜ਼ੀਜ਼ ਹੈ ਬੰਦਿਆਂ ਨੂੰ ਹੋਈ ਹੈ ਟਰਾਂਸਮਿਸ਼ਨ ਐਨੀਮਲ ਚ ਹੋਈ ਹੈ ਮੈਨ ਟੂ ਮੈਨ ਟਰਾਂਸਮਿਸ਼ਨ ਹੈ ਬਟ ਇਹ ਲੁਕਿੰਗ ਐਟ ਦਾ ਡਾਟਾ ਸਾਰਾ ਕੁਝ ਦੇਖਦੇ ਥੋੜਾ ਜਿਹਾ ਬੰਦੇ ਨੂੰ ਪੈਟ ਨੂੰ ਕੇਅਰਫੁਲੀ ਹੈਂਡਲ ਕਰਨ ਦੀ ਜ਼ਰੂਰਤ ਹੈ ਜੀ। ਸਰ ਡਾਕਟਰ ਗੁਰਵੰਤ ਇੱਕ ਕੁਐਸਚਨ ਹੋਰ ਮਾਈਂਡ ਦੇ ਵਿੱਚ ਹੈ ਕੈਨ ਐਨੀਵਨ ਕੈਚ ਕੋਰੋਨਾ ਵਾਇਰਸ ਫਰੋਮ ਪੈਟ? ਇਟਸ ਡਿਫਿਕਲਟ ਟੂ ਸੇ ਬਿਕੋਜ਼ ਦੇਰ ਇਜ਼ ਨੋ ਇਹ ਕੋਈ ਐਵੀਡੈਂਸ ਨਹੀਂ ਹੈ ਕਿ ਮੈਨ ਟੂ ਐਨੀਮਲ ਟਰਾਂਸਮਿਸ਼ਨ ਹੋਈ ਹੈ ਜੀ। ਇਹਦੇ ਵਿੱਚ ਮੈਨ ਟੂ ਹਲੇ ਤੱਕ ਇਦਾਂ ਦਾ ਕੋਈ ਆਇਆ ਸਿਰ ਕੋਈ ਵੀ ਨਹੀਂ ਆਇਆ ਸੈਂਟ ਟੂ ਪਰਸਨ WHO ਦੀ ਜਾਂ ਗਵਰਨਮੈਂਟ ਵੱਲੋਂ ਕੋਈ ਵੀ ਐਸੀ ਹਲੇ ਕੰਕਰੀਟ ਓਪੀਨੀਅਨ ਨਹੀਂ ਆਇਆ ਜਾਂ ਉਹਨਾਂ ਦੀ ਕੋਈ ਕਨਫਰਮੇਸ਼ਨ ਨਹੀਂ ਆਈ। ਸੋ ਇਸ ਤਾਂ ਇਟਸ ਡਿਫਿਕਲਟ ਟੂ ਸੇ ਕਿ ਜੀ ਇਹ ਮੈਨ ਟੂ ਡੌਗ ਨੂੰ ਟਰਾਂਸਮਿਸ਼ਨ ਹੋਈ ਹੈ ਬਟ ਡੈਫੀਨੇਟਲੀ ਮੈਨ ਟੂ ਮੈਨ ਡ੍ਰੌਪਲੈਟ ਇਨਫੈਕਸ਼ਨ ਸਰਟਨਲੀ ਦੇ ਜੀ। ਸੋ ਡਾਕਟਰ ਅਵਿਨਾਸ਼ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿਹੜੀ ਇਦਾਂ ਦੀ ਚੀਜ਼ਾਂ ਜਿਹੜੀਆਂ ਕਿ ਸਾਨੂੰ ਇਹ ਵਾਇਰਸ ਹੋ ਜਾਣ ਤੋਂ ਬਾਅਦ ਨਹੀਂ ਕਰਨੀਆਂ ਚਾਹੀਦੀਆਂ ਇਵਨ ਕਿ ਆਪਣੇ ਆਪ ਨੂੰ ਵੀ ਸੇਫ ਰੱਖੀਏ ਤੇ ਪਬਲਿਕ ਨੂੰ ਵੀ ਸੇਫ ਰੱਖੀਏ ਪਬਲਿਕ ਏਰੀਆਸ ਤੇ ਵੀ ਸਾਨੂੰ ਉਹ ਚੀਜ਼ ਕਰਨ ਦੀ ਮਨਾਹੀ ਹੋਣੀ ਚਾਹੀਦੀ ਹੈ? ਜਿਵੇਂ ਛਿੱਕ ਮਾਰਨ ਵੇਲੇ ਜਾਂ ਤਾਂ ਰੁਮਾਲ ਜਿਵੇਂ ਦੱਸਿਆ ਖੱਬੀ ਪੋਕਟ ਚ ਰੱਖਿਆ ਜਾਵੇ ਜਾਂ ਫਿਰ ਕੂਨੀ ਦੀ ਜਿਹੜੀ ਐਲਬੋ ਜੁਆਇੰਟ ਹੈ ਇਸ ਤਰ੍ਹਾਂ ਕਰਕੇ ਤਾਂ ਕਿ ਉਹ ਦੂਰ ਨਾ ਜਾਵੇ ਆਪਣੇ ਤੋਂ ਇੱਕ ਫੁੱਟ ਤੋਂ ਬਾਅਦ ਇੱਕ ਮੀਟਰ ਤੋਂ ਬਾਅਦ ਜੇ ਕੋਈ ਬੰਦਾ ਖੜਾ ਹੈ ਉਹਦੇ ਵਿੱਚ ਤਾਂ ਉਸ ਬੰਦੇ ਨੂੰ ਇਨਫੈਕਸ਼ਨ ਨਾ ਜਾਵੇ। ਸ਼ੇਕ ਹੈਂਡਸ ਜਿਹੜੇ ਅਵਾਇਡ ਕਰਨੇ ਚਾਹੀਦੇ ਨਮਸਤੇ ਕਰਕੇ ਗੁਜ਼ਾਰਾ ਕਰ ਲੈਣਾ ਚਾਹੀਦਾ। ਮਤਲਬ ਅਸੀਂ ਆਪਣਾ ਵੈਸਟਰਨ ਕਲਚਰ ਹੁਣ ਭੁੱਲ ਕੇ ਟ੍ਰੈਡੀਸ਼ਨ ਕਲਚਰ ਨੂੰ ਦੁਬਾਰਾ ਤੋਂ ਅਪਣਾ ਲਈਏ ਹੈ ਨਾ ਜੀ? ਬਿਲਕੁਲ ਜੀ। ਸੋ ਇੱਕ ਸਰ ਇਹ ਵੀ ਧਾਰਨਾ ਕਿ ਅੱਜ ਕੱਲ ਲੋਕਾਂ ਨੇ ਇਸ ਵਾਇਰਸ ਦੇ ਕਾਰਨ ਆਪਣੇ ਬਹੁਤ ਸਾਰੇ ਜਿਹੜੇ ਕਿ ਡੀਲਿੰਗਸ ਰੋਕ ਦਿੱਤੀਆਂ ਨੇ, ਕੰਮ ਕਾਰ ਠੱਪ ਹੋ ਗਿਆ ਲੋਕਾਂ ਦਾ, ਕਮਰਸ਼ੀਅਲ ਗੁੱਡਸ ਹੈ ਜਿਹੜੀਆਂ ਕਿ ਇੰਪੋਰਟ ਐਕਸਪੋਰਟਸ ਨਹੀਂ ਹੋ ਰਹੀਆਂ, ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਕਿਤੇ ਗਵਰਨਮੈਂਟ ਦਾ ਵੀ। ਸੋ ਇਹ ਇਹਦੇ ਨਾਲ ਵੀ ਥਰੂ ਆਊਟ ਵਾਇਰਸ ਯਾਨੀ ਕਿ ਪ੍ਰਵੇਸ਼ ਕਰ ਸਕਦਾ ਹੈ ਘਰ ਦੇ ਵਿੱਚ ਕੰਟਰੀ ਦੇ ਵਿੱਚ? ਡਾਕਟਰ ਵਿਕੇਸ਼
देखो ये जरा जिम्मे इन्फेक्शन आप डिस्कस किया ड्रॉपलेट इन्फेक्शन हैगी है जी। ते जे जिम्मे गुड्स वगैरह जिम्मे चाइना तो या होर यूरोपियन कंट्रीज तो आते ने गे बहुत घट चांस हैगा कि उन्होंने इंपोर्ट एक्सपोर्ट जिहड़ियां चीजां या मशीन या जो भी आ रही हैगी ਉਹਨਾਂ ਤੋਂ ਇਹ ਟਰਾਂਸਮਿਸ਼ਨ ਹੋਏਗੀ ਜੀ। ਇਹ ਡ੍ਰੋਪਲੈਟ ਇਨਫੈਕਸ਼ਨ ਹੈਗੀ ਹੈ ਇਹ ਪਰਸਨ ਟੂ ਪਰਸਨ ਹੀ ਟਰਾਂਸਮਿਟ ਹੁੰਦੀ ਹੈ ਜੀ। ਸੋ ਡਾਕਟਰ ਸੁਰਿੰਦਰ ਜੀ ਲਾਸਟ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਮਾਸਕ ਅੱਜ ਕੱਲ ਸਭ ਦੀ ਧਾਰਨਾ ਹੈ ਜਿਵੇਂ ਕਿ ਤੁਸੀਂ ਐਂਟਰ ਕੀਤੇ ਤੁਸੀਂ ਮੈਂ ਦੇਖਿਆ ਕਿ ਡਾਕਟਰ ਦੀ ਇੱਕ ਚੰਗੀ ਟੀਮ ਜੀ ਮਾਸਕ ਲੈ ਕੇ ਆਈ ਹੈ ਸਾਡੇ ਸਟੂਡੀਓ ਦੇ ਵਿੱਚ ਸੋ ਮੈਂ ਪੁੱਛਿਆ ਡਾਕਟਰ ਸਰ ਤੁਸੀਂ ਮਾਸਕ ਲੈ ਕੇ ਆਏ ਹੋ ਕਿ ਤੁਸੀਂ ਵੇਅਰ ਕਰਕੇ ਮੇਰਾ ਇੰਟਰਵਿਊ ਕਰੋਗੇ ਕਹਿੰਦੇ ਨਹੀਂ ਅਸੀਂ ਮਾਸਕ ਵੇਅਰ ਕਰਨ ਦਾ ਤਰੀਕਾ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦੇ ਹਾਂ ਮਤਲਬ ਕਿਵੇਂ ਮਾਸਕ ਨੂੰ ਵੇਅਰ ਕੀਤਾ ਜਾ ਰਿਹਾ ਤੁਸੀਂ ਜ਼ਰੂਰ ਇੱਕ ਵਾਰੀ ਡਾਕਟਰਸ ਨੂੰ ਦੇਖੋ ਜੀ। ਹਾਂ ਇਹ ਦਰਸ਼ਕੋ ਇਹ ਮਾਸਕ ਇੱਕ ਪੈਕਿੰਗ ਦੇ ਵਿੱਚ ਹੈਗਾ ਇਹਨੂੰ ਆਪਾਂ ਪਹਿਲੇ ਤਾਂ ਜਿੱਦਾਂ ਅਸੀਂ ਦੱਸਿਆ ਹੈਗਾ ਕਿ ਇਹ ਆਮ ਲੋਕਾਂ ਨੂੰ ਪਾਉਣ ਦੀ ਲੋੜ ਨਹੀਂ ਹੈਗੀ ਜਿਹੜੇ ਲੋਕਾਂ ਨੂੰ ਕੋਈ ਵਾਇਰਲ ਇਲਨੈਸ ਹੈ ਜ਼ੁਕਾਮ ਖਾਂਸੀ ਨਜ਼ਲਾ ਜਾਂ ਕੋਈ ਬੁਖਾਰ ਹੈਗਾ ਉਹ ਲੋਕਾਂ ਨੇ ਇਹਨੂੰ ਵੀਅਰ ਕਰਨਾ ਔਰ ਇਹਦਾ ਜਿਹੜਾ ਉੱਪਰ ਵਾਲਾ ਪਾਸਾ ਹੁੰਦਾ ਉਹਦੇ ਉੱਤੇ ਇੱਕ ਵਾਇਰ ਹੁੰਦੀ ਹੈ ਜਿਹੜੀ ਆਪਣੇ ਨੱਕ ਦੇ ਉੱਤੇ ਆਪਾਂ ਲਗਾਉਣੀ ਹੁੰਦੀ ਹੈ ਔਰ ਇਹਦਾ ਰੰਗ ਵੀ ਦੋ ਤਰ੍ਹਾਂ ਦਾ ਹੈ ਇਹ ਜਿਹੜਾ ਅੰਦਰ ਵਾਲਾ ਪਾਸਾ ਹੈਗਾ ਉਹਦਾ ਰੰਗ ਥੋੜ੍ਹਾ ਡਲ ਹੁੰਦਾ ਔਰ ਬਾਹਰ ਵਾਲਾ ਥੋੜ੍ਹਾ ਜ਼ਿਆਦਾ ਬਲੂ ਹੈਗਾ ਡਾਰਕ ਹੁੰਦਾ ਹੈਗਾ ਅਤੇ ਆਪਾਂ ਇਹ ਸਭ ਤੋਂ ਪਹਿਲੇ ਕੀ ਹੈਗਾ ਕਿ ਆਪਾਂ ਮਾਸਕ ਨੂੰ ਲੈਣਾ ਔਰ ਜਿਹੜਾ ਨੋਜ਼ ਸਾਈਡ ਵਾਲਾ ਹੈਗਾ ਇਹਨੂੰ ਆਪਾਂ ਨੱਕ ਦੇ ਉੱਤੇ ਇੱਥੇ ਲਗਾਉਣਾ ਔਰ ਉਸ ਤੋਂ ਬਾਅਦ ਇਹ ਜਿਹੜੇ ਈਅਰ ਜਿਹੜੇ ਰਿੰਗਸ ਹੈ ਇਹਨਾਂ ਨੂੰ ਆਪਾਂ ਕੰਨਾਂ ਦੇ ਉੱਤੇ ਪਾ ਲੈਣਾ ਹੈਗਾ ਤਾਂ ਇਸਦਾ ਵੀਅਰ ਕਰਕੇ ਉਸ ਤੋਂ ਬਾਅਦ ਜੋ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਇਹਨੂੰ ਡਿਸਪੋਜ਼ ਆਫ ਕਰਨ ਦੀ ਗੱਲ ਹੈਗੀ ਹੈ ਕਿ ਵੀਅਰ ਕਰਨ ਤੋਂ ਬਾਅਦ ਇਹਨੂੰ ਆਪਾਂ ਸੇਫਲੀ ਡਿਸਪੋਜ਼ ਵੀ ਕਰਨਾ ਹੈਗਾ ਔਰ ਉਸ ਤੋਂ ਬਾਅਦ ਫਿਰ ਆਪਣੇ ਹੱਥਾਂ ਨੂੰ ਆਪਾਂ ਕਲੀਨ ਕਰਨਾ ਔਰ ਸਭ ਤੋਂ ਵੱਡਾ ਜੋ ਇਸ ਬਿਮਾਰੀ ਨੂੰ ਰੋਕਣ ਦਾ ਤਰੀਕਾ ਹੈਗਾ ਉਹ ਸੈਨੀਟਾਈਜ਼ਰ ਯੂਜ਼ ਕਰਨਾ ਸਾਬਣ ਨਾਲ ਹੱਥ ਧੋਣਾ ਕਿਉਂਕਿ ਆਪਾਂ ਆਪਣੀ ਸੁਸਾਇਟੀ ਦੇ ਵਿੱਚੋਂ ਅਗਰ ਇਹ ਬਿਮਾਰੀ ਨੂੰ ਦੂਰ ਰੱਖਣਾ ਹੈਗਾ ਆਪਣੇ ਘਰ ਪਰਿਵਾਰ ਦੇ ਵਿੱਚੋਂ ਵੀ ਤਾਂ ਆਪਾਂ ਨੂੰ ਸਭ ਨੂੰ ਇਹ ਆਦਤ ਪਾਉਣੀ ਪਏਗੀ ਔਰ ਬੀਇੰਗ ਏ ਡਾਕਟਰ ਅਸੀਂ ਜੋ ਕਰ ਰਹੇ ਹਾਂ ਉਹ ਇਹ ਹੈਗਾ ਕਿ ਅਸੀਂ ਆਪਣੀ ਕਲੀਨਿਕ ਦੀ ਐਂਟਰੀ ਦੇ ਉੱਤੇ ਹੀ ਅਸੀਂ ਆਪਣਾ ਸੋਲੂਸ਼ਨ ਰੱਖਿਆ ਹੋਇਆ ਹੈਂਡ ਸੈਨੀਟਾਈਜ਼ਰ ਅਸੀਂ ਆਪਣੇ ਹਰੇਕ ਪੇਸ਼ੈਂਟ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੇ ਹੈਂਡ ਸੈਨੀਟਾਈਜ਼ ਕਰੋ ਜਾਣ ਲੱਗੇ ਵੀ ਅਸੀਂ ਸੈਨੀਟਾਈਜ਼ ਕਰੋ ਉਹਦਾ ਕਾਰਨ ਇਹ ਨਹੀਂ ਹੈਗਾ ਕਿ ਸਾਡੇ ਅੰਦਰ ਆਉਣ ਨਾਲ ਉਹਨਾਂ ਨੂੰ ਬਿਮਾਰੀ ਹੋ ਜਾਏਗੀ ਜਾਂ ਸਾਡੇ ਬਾਹਰ ਜਾਣ ਲੱਗੇ ਅਸੀਂ ਸੋਚਦੇ ਹਾਂ ਕਿ ਉਹਨਾਂ ਨੂੰ ਬਿਮਾਰੀ ਨਾ ਹੋ ਨਹੀਂ ਸਾਨੂੰ ਇਹ ਹੈਗਾ ਕਿ ਉਹ ਲੋਕ ਇਹ ਪ੍ਰੈਕਟਿਸ ਜਾਰੀ ਰੱਖਣ ਘਰੇ ਜਾ ਕੇ ਤਾਂ ਕਿ ਇਹ ਬਿਮਾਰੀ ਜੋ ਹੈ ਉਹਨਾਂ ਦੇ ਘਰਾਂ ਦੇ ਵਿੱਚ ਪ੍ਰਵੇਸ਼ ਹੀ ਨਾ ਕਰ ਪਾਓ ਹੋ ਸਕੇ ਜੀ ਬਿਲਕੁਲ ਸੋ ਡਾਕਟਰ ਵਿਕੇਸ਼ ਕੀ ਕੋਵਿਡ 19 ਹੈ ਜਿਹੜਾ ਕਿ ਇਸ ARS ਵਾਇਰਸ ਦੇ ਨਾਲ ਸੇਮ ਹੈ ਦੋਨੋਂ ਵਾਇਰਸ ਸੇਮ ਹੈ ਨਹੀਂ ਇਹ ਡਿਫਰੈਂਟ ਕੋਵਿਡ 19 ਇਜ਼ ਅ ਟਾਈਪ ਇਹ ਇੱਕ SARS ਟਾਈਪ ਆਫ ਵਾਇਰਸ ਹੈ ਬਟ ਇਹ ਜਿਹੜਾ ਪਹਿਲਾਂ ਕੁਝ ਵਰਿਆਂ ਪਹਿਲੇ ਦੁਨੀਆ 'ਚ ਆਇਆ ਸੀ ਉਸ ਤੋਂ ਵੱਖਰਾ ਹੈਗਾ ਕਿਉਂਕਿ ਇਹ ਨਿਊ ਮਿਊਟੇਸ਼ਨ ਨਾਲ ਚਾਈਨਾ ਸ਼ੁਰੂ ਹੋਇਆ ਹੈਗਾ ਅਤੇ ਇਹ ਕੋਵਿਡ 19 ਪੁਰਾਣੇ ਵਾਲੇ ਜਿਹੜਾ SARS ਤੋਂ ਟੋਟਲੀ ਡਿਫਰੈਂਟ ਹੈ ਸੋ ਡਾਕਟਰ ਦੀ ਚੰਗੀ ਟੀਮ ਸੀ ਅੱਜ ਮੇਰੇ ਨਾਲ ਜੀ ਜਿਨ੍ਹਾਂ ਨਾਲ ਮੈਂ ਗੱਲਬਾਤ ਕੀਤੀ ਕੋਰੋਨਾ ਵਾਇਰਸ ਤੇ ਆਖਿਰ ਕੋਰੋਨਾ ਵਾਇਰਸ ਹੈ ਕਿ ਕਿਵੇਂ ਇਹ ਫੈਲ ਸਕਦਾ ਹੈ ਕਿਵੇਂ ਇਸ ਨੂੰ ਸਪਰੈਡ ਹੋਣ ਤੋਂ ਰੋਕਿਆ ਜਾ ਸਕਦਾ ਹੈ ਕਿਵੇਂ ਇਸ ਦੇ ਜਿਹੜੇ ਕਿ ਕੀਟਾਣੂ ਆ ਤੁਹਾਡੀ ਬਾਡੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਬਟ ਪ੍ਰਵੇਸ਼ ਕਰਨ ਤੋਂ ਬਾਅਦ ਕਿਹੜੇ ਪਾਰਟ ਤੇ ਸਭ ਤੋਂ ਪਹਿਲਾਂ ਅਟੈਕ ਕਰਦੇ ਨੇ ਸੋ ਵਾਇਰਸ ਰੋਕਣ ਦੇ ਬਹੁਤ ਸਾਰੇ ਤਰੀਕੇ ਇਹਨਾਂ ਨੇ ਦੱਸੇ ਘਰੇਲੂ ਉਪਾਅ ਕੁਝ ਮੈਂ ਜ਼ਰੂਰ ਇਹਨਾਂ ਡਾਕਟਰ ਦੀ ਟੀਮ ਤੋਂ ਜਾਣਨਾ ਚਾਹਾਂਗੀ ਸਰ ਹਲਦੀ ਜਿਹੜੀ ਕਿ ਕਹਿੰਦੇ ਜ਼ਿਆਦਾ ਇਸਤੇਮਾਲ ਕਰਨ ਦੇ ਨਾਲ ਵਾਇਰਸ ਹੈ ਇਸ ਦੇ ਜਿਹੜੇ ਕੀਟਾਣੂ ਆ ਬਾਡੀ ਦੇ ਵਿੱਚ ਪ੍ਰਵੇਸ਼ ਕਰਨ ਤੋਂ ਅਸੀਂ ਉਸ ਨੂੰ ਰੋਕ ਸਕਦੇ ਹਾਂ ਇਸ ਤਰ੍ਹਾਂ ਦੇ ਕੁਝ ਮਤਲਬ ਉਪਾਅ ਆ ਰਹੇ ਨੇ ਘਰੇਲੂ ਸੋ ਉਹਨਾਂ ਵਿੱਚੋਂ ਕੁਝ ਉਪਾਅ ਮੈਂ ਜਾਣੀ ਹੈ ਤੁਸੀਂ ਵੀ ਜ਼ਰੂਰ ਮਤਲਬ ਬੀਇੰਗ ਏ ਆਯੂਸ਼ ਡਾਕਟਰ ਜੀ ਮੈਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀ ਹਲਦੀ ਹੈ ਉਹ ਆਪਣਾ ਐਂਟੀ ਟਿਊਮਰ ਉਹਦੀਆਂ ਪ੍ਰੋਪਰਟੀਜ਼ ਹੈਗੀਆਂ ਨੇ ਬਿਲਕੁਲ ਐਂਟੀ ਇਨਫਲੇਮੇਟਰੀ ਵੀ ਹੈ ਬਟ ਮੋਟੀ ਗੱਲ ਤਾਂ ਫਿਰ ਉਹੀ ਹੋ ਗਈ ਕਿ ਜਿਹਦੇ ਵਿੱਚ ਇਮਿਊਨਿਟੀ ਇੰਟੈਕਟ ਹੈਗੀ ਹੈ ਉਹਨੂੰ ਇਹ ਬਿਮਾਰੀ ਕੁਝ ਨਹੀਂ ਕਹਿਣ ਲੱਗੀ ਔਰ ਆਪਾਂ ਨੇ ਕਰਨਾ ਕੀ ਹੈਗਾ ਦਵਾਈਆਂ ਦੇ ਮਗਰ ਨਹੀਂ ਭੱਜਣਾ ਅਸੀਂ ਹਮੇਸ਼ਾ ਸਾਡੀ ਇੱਕ ਮੈਂਟੈਲਿਟੀ ਬਣ ਗਈ ਹੈ ਕਿ ਆਪਾਂ ਹਰ ਚੀਜ਼ ਵਾਸਤੇ ਦਵਾਈ ਦੇ ਪਿੱਛੇ ਭੱਜਦੇ ਹਾਂ ਹੁਣ ਬਿਮਾਰੀ ਨੂੰ ਰੋਕਣ ਵਾਸਤੇ ਆਪਾਂ ਦਵਾਈ ਦੇ ਪਿੱਛੇ ਨਹੀਂ ਭੱਜਣਾ ਆਪਾਂ ਅੱਛੇ ਲਾਈਫ ਸਟਾਈਲ ਦੇ ਪਿੱਛੇ ਜਾਣਾ ਔਰ ਆਪਾਂ ਆਪਣੇ ਆਪ ਨੂੰ ਉਹੋ ਜਿਹੀ ਜਗ੍ਹਾ ਨਹੀਂ ਲੈ ਕੇ ਜਾਣਾ ਜਿੱਥੇ ਇਹ ਵਾਇਰਸ ਮੌਜੂਦ ਹੋ ਸਕਦਾ ਉਹ ਭੀੜ ਦੇ ਵਿੱਚ ਨਹੀਂ ਜਾਣਾ ਐਨੀਮਲ ਜਿੱਥੇ ਜ਼ਿਆਦਾ ਇਕੱਠੇ ਹੈ ਜਿੱਦਾਂ ਮੰਡੀ ਜਿਹੜੀ ਜਾਨਵਰਾਂ ਦੀ ਹੁੰਦੀ ਹੈ ਉੱਥੇ ਆਪਾਂ ਨਹੀਂ ਜਾਣਾ ਐਵੇਂ ਬਿਨਾਂ ਮਤਲਬ ਤੋਂ ਆਪਾਂ ਕਿਸੇ ਇਕੱਠ 'ਚ ਨਹੀਂ ਜਾਣਾ ਹੈਗਾ
ਤੇ ਆਪਣੀ ਫੈਮਿਲੀ ਨੂੰ ਬਚਾਉਣ ਦੀ ਆਪਣੀ ਜ਼ਿੰਮੇਵਾਰੀ ਹੈ। ਆਪਣੇ ਬੱਚਿਆਂ ਨੂੰ ਆਪਾਂ ਇਹ ਨਹੀਂ ਹੈਗਾ ਕਿ ਉਹਨਾਂ ਦੇ ਵਿੱਚ ਖੌਫ ਪੈਦਾ ਕਰ ਦਈਏ, ਲੇਕਿਨ ਆਪਾਂ ਅਗਰ ਆਪਣੇ ਹੱਥ ਸਾਫ਼ ਰੱਖਦੇ ਹਾਂ, ਆਪਾਂ ਜਿੱਦਾਂ ਸੋਚਦੇ ਹਾਂ ਕਿ ਆਪਾਂ ਜੇ ਕਿਸੇ ਨੂੰ ਜ਼ੁਕਾਮ ਹੋ ਗਿਆ ਉਹਨੂੰ ਆਪਾਂ ਤੁਰੰਤ ਆਪਾਂ ਕੁਆਰੰਟਾਈਨ ਕਰ ਦਈਏ ਆਪਣੇ ਘਰ 'ਚ ਤੇ ਬਿਮਾਰੀ ਤੇ ਖਤਮ ਹੋ ਜਾਂਦੀ ਜੀ। ਟਾਈਮ ਟੂ ਟਾਈਮ ਇਹ ਵੀ ਕੁਐਸਚਨਸ ਆ ਰਹੇ ਡਾਕਟਰ ਕੁਲਵੰਤ ਕਿ ਨਾਨ ਵੈਜ ਨਹੀਂ ਖਾਣਾ ਚਾਹੀਦਾ ਇਸ ਬਿਮਾਰੀ ਦੇ ਵਿੱਚ, ਨਾਨ ਵੈਜ ਤੋਂ ਪਰਹੇਜ਼ ਰੱਖਿਆ ਜਾਣਾ ਚਾਹੀਦਾ ਹੈ। ਮਤਲਬ ਐਸੀ ਤਾਂ ਕੋਈ ਗੱਲ ਨਹੀਂ, ਕਿਉਂਕਿ ਜਿਹੜਾ ਹੈ ਰੋ ਜਿਹੜਾ ਮੀਟ ਹੈਗਾ ਉਹ 'ਚ ਇਨਫੈਕਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੈ। ਜੇ ਤੁਸੀਂ ਰੋ ਮੀਟ ਹੈਂਡਲ ਕਰਦੇ, ਰੋ ਚਿਕਨ, ਫਿਸ਼ ਜਾਂ ਐਨੀਮਲ, ਉਹਦੇ ਵਿੱਚ ਜਿਹੜੇ ਸਪਰੈਡ ਹੋਣ ਦੇ ਹਮੇਸ਼ਾ ਹੀ ਚਾਂਸਿਸ ਜ਼ਿਆਦਾ ਹੈ। ਇਹ ਪ੍ਰੋਪਰਲੀ ਕੁੱਕਡ ਹੈਗਾ, ਪ੍ਰੋਪਰਲੀ ਪ੍ਰਪੇਅਰਡ ਹੈਗਾ, ਜਿਹੜਾ ਕਿ ਸਟੀਮ 'ਚ ਹੋ ਜਾਂਦਾ, ਕਿਉਂਕਿ ਜਿਹੜੀ ਵਾਇਰਲ ਸਾਰੇ ਵਾਇਰਲ ਡਿਜ਼ੀਜ਼ ਹੈ, ਜਦ ਵੀ ਉਹਨਾਂ ਨੂੰ ਹੀਟ ਮਿਲਦੀ ਉਹ ਵਾਇਰਸ ਖਤਮ ਹੋ ਜਾਂਦੇ। ਇਹ ਜਿਹੜੀ ਇਲਨੈਸ ਹੈ ਇਹ ਰੋ ਮੀਟ 'ਚ, ਰੋ ਅਨਕੁਕਡ ਫੂਡ 'ਚ ਜਿਹੜਾ ਪ੍ਰੋਪਰਲੀ ਨਾ ਬਣਿਆ ਹੋਵੇ ਉਹਨਾਂ 'ਚ ਚਾਂਸਿਸ ਹੋਣ ਦੇ ਜ਼ਿਆਦਾ ਔਰ ਐਸ ਕੰਪੇਅਰ ਟੂ ਜਿਹੜਾ ਫੂਡ ਪ੍ਰੋਪਰਲੀ ਕੁੱਕਡ ਹੈ, ਅੱਛਾ ਫੂਡ ਹੈਗਾ ਜਿਹੜਾ ਆਲਰੇਡੀ ਬੈਡ ਨਹੀਂ ਹੈ ਉਹ ਕੰਜ਼ਿਊਮ ਕਰ ਸਕਦੇ, ਉਹਦੇ 'ਚ ਕੋਈ ਚਾਂਸ ਨਹੀਂ ਜੀ। ਸੋ ਇੱਕ ਲਾਸਟ ਵਾਰੀ ਸੀ ਡਾਕਟਰ ਵਿਕੇਸ਼ ਤੋਂ ਜਾਣਦੇ ਹਾਂ ਕਿ ਇਹ ਬਿਮਾਰੀ ਅਗਰ ਤੁਹਾਡੀ ਬੋਡੀ ਦੇ ਵਿੱਚ ਆ ਜਾਂਦੀ ਹੈ ਤਾਂ ਕਿਹੜੇ ਸਿੰਪਟਮਸ ਹੋ ਸਕਦੇ ਨੇ। ਸੋ ਜਾਂਦੇ ਜਾਂਦੇ ਲਾਸਟ ਵਾਰੀ ਸਰ ਸਿੰਪਟਮਸ ਜ਼ਰੂਰ ਸ਼ੇਅਰ ਕਰਕੇ ਜਾਓ ਤਾਂ ਕਿਵੇਂ ਪਹਿਚਾਨ ਕੀਤੀ ਜਾ ਸਕਦੀ ਇਸ ਬਿਮਾਰੀ। ਮੋਸਟ ਕਾਮਨਲੀ ਜਿਹੜੇ ਇਹਦੇ ਲੱਛਣ ਹੈਗੇ ਉਹ ਆਪਣੇ ਜਿਵੇਂ ਗਲਾ ਖਰਾਬ ਹੋਇਆ, ਲੋ ਗ੍ਰੇਡ ਬੁਖਾਰ ਹੋਇਆ, ਛਿੱਕਾਂ ਆਉਂਦੀਆਂ ਨੇ ਜਾਂ ਖਾਂਸੀ ਆਉਂਦੀ ਹੈ, ਥੋੜ੍ਹੀ ਬਲਗਮ ਹੋ ਸਕਦੀ ਹੈ, ਅਤੇ ਜੇ ਜ਼ਿਆਦਾ ਪ੍ਰੋਬਲਮ ਵੱਧ ਜੇ ਤਾਂ ਫਿਰ ਮਰੀਜ਼ ਨੂੰ ਸਾਹ ਦੀ ਦਿੱਕਤ ਵੀ ਆ ਸਕਦੀ ਹੈ। ਬੁਖਾਰ ਹੈ ਜਿਹੜਾ ਗੋਲੀਆਂ ਲੈਣ ਤੋਂ ਬਾਵਜੂਦ ਵੀ ਨਹੀਂ ਘਟਦਾ ਹੈਗਾ, ਅਤੇ ਕਈ ਵਾਰ ਪੇਸ਼ੈਂਟਸ ਇੰਨਾ ਜ਼ਿਆਦਾ ਬਿਮਾਰ ਹੋ ਜਾਂਦਾ ਕਿ ਮਲਟੀ ਔਰਗਨ ਫੇਲੀਅਰ ਹੋ ਸਕਦਾ, ਬਲੱਡ ਪ੍ਰੈਸ਼ਰ ਘੱਟ ਸਕਦਾ ਅਤੇ ਹਸਪਤਾਲ 'ਚ ਐਡਮਿਸ਼ਨ ਦੀ ਲੋੜ ਪੈ ਸਕਦੀ ਹੈ। ਜੀ ਲੋ ਜੀ, ਜਿਵੇਂ ਕਿ ਡਾਕਟਰ ਵਿਕੇਸ਼ ਨੇ ਸਾਨੂੰ ਦੱਸਿਆ ਕਿ ਜੇਕਰ ਤੁਹਾਨੂੰ ਸਾਹ ਦੀ ਪ੍ਰੋਬਲਮ ਆ ਰਹੀ ਹੈ, ਬੁਖਾਰ ਹੈ, ਗਲਾ ਖਰਾਬ ਹੋਵੇ, ਬਲਗਮ ਹੋਵੇ, ਛਿੱਕਾਂ ਹੋਣ, ਤਾਂ ਤੁਸੀਂ ਇੱਕ ਡਾਕਟਰ ਦਾ ਜਿਹੜਾ ਕਿ ਟੈਸਟ ਜ਼ਰੂਰ ਕਰਵਾ ਸਕਦੇ ਹੋ। ਟੈਸਟ ਕਰਵਾਉਣ ਦੇ ਲਈ ਡਾਕਟਰ ਅਵਿਨਾਸ਼ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਤੁਸੀਂ ਪ੍ਰੋਪਰਲੀ ਇਸ ਦਾ ਟੈਸਟ ਕਰਵਾ ਸਕਦੇ ਹੋ ਤੇ ਪੁਖਤਾ ਪ੍ਰਬੰਧ ਜਿਹੜੇ ਕਿ ਸਰਕਾਰ ਵੱਲੋਂ ਇਸ ਵਾਇਰਸ ਦੇ ਬਚਾਅ ਦੇ ਲਈ ਕਰ ਲਿੱਤੇ ਗਏ ਨੇ। ਇੱਕ ਲਾਸਟ ਧਾਰਨਾ ਇਹ ਵੀ ਹੈ, ਸਾਰੇ ਟੈਸਟ ਜੀ ਕੋਰੋਨਾ ਵਾਇਰਸ ਨੂੰ ਲੈ ਕੇ ਮੁਫ਼ਤ ਹਸਪਤਾਲਾਂ ਦੇ ਵਿੱਚ ਕੀਤੇ ਜਾ ਰਹੇ ਨੇ। ਸੋ ਡਾਕਟਰ ਅਵਿਨਾਸ਼ ਜਾਂਦੇ ਜਾਂਦੇ ਇੱਕ ਜ਼ਰੂਰ ਇੱਕ ਸਲਾਹ ਜ਼ਰੂਰ ਦੇ ਕੇ ਜਾਓ ਜੀ ਸਾਡੇ ਦਰਸ਼ਕਾਂ ਨੂੰ। ਇਹ ਟੈਸਟ ਸਿਵਲ ਹਸਪਤਾਲ ਦੇ ਵਿੱਚ ਹੀ ਕੀਤਾ ਜਾ ਰਿਹਾ ਫ੍ਰੀ। ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੇ ਕੋਈ ਪੇਸ਼ੈਂਟ ਸਸਪੈਕਟਿਡ ਹੁੰਦਾ ਤਾਂ ਉਹ ਸਾਡੇ ਡਿਸਟ੍ਰਿਕਟ ਐਪੀਡੀਮੋਲੋਜਿਸਟ ਡਾਕਟਰ ਰਮੇਸ਼ ਹੈਗੇ ਨੇ ਭਗਤ ਤੇ ਡਾਕਟਰ ਦੀਪਜੋਤ, ਜਾਂ ਸਿਵਲ ਸਰਜਨ ਸਾਹਿਬ ਦਾ ਲੈਂਡਲਾਈਨ ਨੰਬਰ 2444193, ਇਸ ਦੇ ਵਿੱਚੋਂ ਕਿਸੇ ਦੇ ਵੀ ਨਾਲ ਵੀ ਜਦੋਂ ਸੰਪਰਕ ਕਰਦੇ ਹੈ ਤਾਂ ਉਹ ਪੇਸ਼ੈਂਟ ਜਿੱਥੇ ਵੀ ਪਿਆ ਹੈ, ਚਾਹੇ ਆਈਸੋਲੇਟ ਕੀਤਾ ਹੈ ਜਾਂ ਕਿਸੇ ਹੋਸਪਿਟਲ 'ਚ ਪਿਆ ਹੈ ਜਾਂ ਘਰ ਦੇ ਵਿੱਚ ਰੁਕਿਆ ਹੋਇਆ ਹੈ, ਤਾਂ ਉੱਥੇ ਸਾਡੀ ਟੀਮ ਐਂਬੂਲੈਂਸ ਦੇ ਵਿੱਚ ਜਾ ਕੇ ਉਸ ਦਾ ਸਵੈਬ ਜਿਹੜਾ ਸੈਂਪਲ ਲੈ ਕੇ ਆਉਂਦੇ ਨੇ ਅਤੇ ਉਸ ਨੂੰ ਪੈਕ ਕਰਕੇ ਅਸੀਂ ਪੁਣੇ ਭੇਜਦੇ ਹਾਂ। ਇਹ ਸਾਰੀ ਫੈਸਿਲਿਟੀ ਸਰਕਾਰ ਵੱਲੋਂ ਟੋਟਲ ਫ੍ਰੀ ਦਿੱਤੀ ਗਈ ਹੈ ਜੀ। ਸੋ ਅੱਜ ਗੱਲ ਕੀਤੀ ਜੀ ਅਸੀਂ ਕੋਰੋਨਾ ਵਾਇਰਸ ਤੇ, ਕੋਰੋਨਾ ਵਾਇਰਸ ਦੇ ਬਹੁਤ ਸਾਰੇ ਟੌਪਿਕਸ ਤੇ ਅੱਜ ਚਰਚਾ ਕੀਤੀ ਮੇਰੇ ਨਾਲ ਡਾਕਟਰ, ਚੰਗੀ ਟੀਮ ਨੇ, ਡਾਕਟਰ ਸੁਰਿੰਦਰ ਮੇਰੇ ਨਾਲ ਸੀ, ਡਾਕਟਰ ਵਿਕੇਸ਼ ਮੇਰੇ ਨਾਲ ਸੀ, ਡਾਕਟਰ ਕੁਲਵੰਤ ਮੇਰੇ ਨਾਲ ਸੀ, ਡਾਕਟਰ ਅਵਿਨਾਸ਼ ਮੇਰੇ ਨਾਲ ਸੀ। ਕੋਰੋਨਾ ਵਾਇਰਸ ਕੀ ਹੈ, ਕਿਵੇਂ ਫੈਲਦਾ, ਕਿਵੇਂ ਬਚਾਅ ਕੀਤੇ ਜਾ ਸਕਦੇ ਨੇ ਇਸ ਵਾਇਰਸ ਤੋਂ, ਸਾਰੀਆਂ ਜਿਹੜੀ ਚਰਚਾ ਅੱਜ ਦੇ ਇਸ ਟੌਪਿਕ ਨੂੰ ਲੈ ਕੇ ਅੱਜ ਅਸੀਂ ਸਟੂਡੀਓ ਦੇ ਵਿੱਚ ਕੀਤੀ। ਸੋ ਜਾਂਦੇ ਜਾਂਦੇ ਸਭ ਦਾ ਧੰਨਵਾਦ ਕਰਨਾ ਚਾਹਾਂਗੀ ਜੀ, ਵਿਸ਼ੇਸ਼ ਟੌਪਿਕ ਤੇ ਚਰਚਾ ਕਰਨ ਲਈ ਮੇਰਾ ਸਾਥ ਦੇਣ ਦੇ ਲਈ ਡਾਕਟਰਾਂ ਦੀ ਖਾਸ ਟੀਮ ਦਾ ਧੰਨਵਾਦ ਕਰਦੀ ਹਾਂ ਮੈਂ। ਬਹੁਤ ਬਹੁਤ ਧੰਨਵਾਦ। के गुण श्रृंगार करके अपने आंगन में पधारे हैं गुरुवर, विश्व के कण कण में दिव्य प्रकाश चमके अपने आंगन में पधारे हैं गुरुवर, पाल ली वे Hotel City Home, fully air-conditioned restaurant.